ਉਹ ਅਟਲ ਗੁਰਸੇਵੀਆ ਐਨਸ ਸਹਿਜ ਸਫਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਸੋਏ ਸਲੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਉਹ ਕਿਹੜਾ ਗੁਰੂ ਹੈ ਜਿਹਦੇ ਦਰਸ਼ਨ ਕਰਕੇ ਸਦਾ ਲਈ ਬੰਦਾ ਨਿਹਾਲ ਹੋ ਜਾਂਦਾ ਉਹ ਗੁਰੂ ਹੈ ਕਲਯੁਗ ਦੇ ਵਿੱਚ ਸੱਚੇ ਪਾਤਸ਼ਾਹ ਪ੍ਰਗਟ ਗੁਰਾਂ ਕੀ ਦੇ ਜੋ ਗੁਰੂ ਨਾਨਕ ਸਾਹਿਬ ਤ੍ਰੇਤੇ 'ਚ ਰਾਮ ਜੀ ਆਏ ਨਿੰਦਣ ਯੋਗ ਨਹੀਂ ਪੂਜਣ ਯੋਗ ਹੈ ਕਿ ਅਵਤਾਰ ਸੀ ਦੁਆਪਰ ਵਿੱਚ ਕ੍ਰਿਸ਼ਨ ਆਏ ਦੋਨੇ ਯੁੱਗ ਸੰਪੂਰਨ ਹੋ ਗਏ ਅਤੇ ਡਿਊਟੀ ਪੂਰੀ ਹੋ ਗਈ ਕਲਯੁਗ ਦੇ ਵਿੱਚ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਡਿਊਟੀ ਹੈ ਆਪਾਂ ਜਨਮ ਲਿਆ ਹੈ ਕਲਯੁਗ ਦੇ ਕਲੂ ਦੇ ਵਿੱਚ ਆਪਾਂ ਸਾਰਿਆਂ ਨੇ ਜਨਮ ਲਿਆ ਹੈ ਹੁਣ ਇਹ ਗੱਲ ਨੂੰ ਸੋਚੋ ਵੀ ਹੁਣ ਸਾਨੂੰ ਬਾਂਹ ਫੜ ਕੇ ਦਰਗਾਹ ਵਿੱਚ ਕੌਣ ਪਹੁੰਚਾਉਣ ਵਾਲਾ ਹੈ ਪਹੁੰਚਾਉਣ ਵਾਲਾ ਪਹਿਲੇ ਸੀ ਨਿਰਾਕਾਰ ਨਿਰੇਕਾਰ ਸੀ ਆਕਾਰ ਹੋ ਗਿਆ ਇਹ ਕਿਸੇ ਫੁਰਨਾ ਹੋਆ ਦੋ ਚਾਰ ਹੋ ਗਿਆ ਦੋ ਚਾਰ ਕੀ ਗਿਣਤੀ ਬੜੀ ਹਜ਼ਾਰ ਹੋ ਗਿਆ ਹਜ਼ਾਰੋਂ ਕੀ ਪਦਹਿ ਜੇ ਸੰਸਾਰ ਹੋ ਗਿਆ ਸੰਸਾਰ ਪਾਪੋਂ ਵਿਸ਼ੋਂ ਬਕਾਰੋਂ ਸੇ ਫਸਾ ਘੋਰ ਅੰਧਾਰ ਹੋ ਗਿਆ ਇਸ ਅੰਧਾਰ ਮੇਟਣੇ ਕੇ ਲਈ ਹਜ਼ੂਰ ਮੋਹਰਲੇ ਨੇ ਇਹ ਸੰਸਾਰ ਪਾਪੋਂ ਵਿਸ਼ੋਂ ਦਿਨ ਨਸ਼ੇ ਪਾਪੋਂ ਵਿਸ਼ੋਂ ਬਕਾਰੋਂ ਸੇ ਬਕਾਰ ਬਕਾਰ ਨਾਲ ਬੇਕਾਰ ਆਪਣੇ ਸਰੀਰ ਨੂੰ ਮਨ ਨੂੰ ਪੁੱਠੇ ਪਾਸੇ ਲਾਈ ਉਹਨੂੰ ਕਹਿੰਦੇ ਬੇਕਾਰ ਗੁਰੂ ਜੀ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਘੱਟ ਗੁਰ ਕਾ ਸਿੱਖ ਬੇਕਾਰ ਦੇ ਹੱਥ ਇਉਂ ਆਖਿਆ ਗੁਰੂ ਜੀ ਸੱਚੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਕਲਯੁਗ ਮੈਂ ਕਲਯੁਗ ਦੇ ਵਿੱਚ ਹੁਣ ਗੁਰੂ ਜੀ ਕਹਿੰਦੇ ਨਸ਼ਾ ਵਿਕ ਇਹ ਗੁਰੂ ਸਾਹਿਬ ਫਰਮਾਉਂਦੇ ਹੈ ਵੀ ਬੇਕਾਰ ਚੀਜ਼ਾਂ ਵਰਤਦਾ ਜਿਹੜੀਆਂ ਇਹਦੇ ਕੰਮ ਨੇ ਉਹਨੂੰ ਤਬਾਹੀ ਠਾ ਰਹੀਆਂ ਇਵੇਂ ਗੁਰੂ ਜੀ ਕਹਿੰਦੇ ਕਲਯੁਗ ਵਿੱਚ ਗੁਰੂ ਨਾਨਕ ਅਵਤਾਰ ਹੋ ਗਿਆ ਹੁਣ ਕਲਯੁਗ ਵਿੱਚ ਗੁਰੂ ਨਾਨਕ ਅਵਤਾਰ ਹੈ ਗੁਰੂ ਨਾਨਕ ਸਾਹਿਬ ਦੀ ਡਿਊਟੀ ਹੈ ਅਤੇ ਆਪਾਂ ਗੁਰੂ ਨਾਨਕ ਦੇ ਘਰ ਆਏ ਕੁਝ ਲਓ ਲਾਹ ਕਰਮਾਂ ਨਾਲ ਸਾਂਭਣੇ ਧਾਰਨਾ ਪੜ੍ਹੀ ਸੀ ਸਤਿਗੁਰ ਕੇ ਪਾਸ ਜੀ ਸੇਵਕ ਮਨ ਵੇਚੇ ਆਪਣਾ ਆਪਾਂ ਸੇਵਕ ਬਣੀਏ ਗੁਰੂ ਸਾਹਿਬ ਦੇ ਤਾਂ ਮਨ ਵੇਚੀਏ ਬੰਦਾ ਚੀਜ਼ ਉਹ ਵੇਚਦਾ ਹੁੰਦਾ ਹੈ ਜਿਹੜੀ ਜ਼ਿਆਦਾ ਬੇਕਾਰ ਹੋਵੇ ਜਾਂ ਵਾਧੂ ਹੋਵੇ ਵਾਧੂ ਹੋਵੇ ਸਾਡਾ ਮਨ ਹੈਗਾ ਬੇਕਾਰ ਬੇਕਾਰ ਅਸੀਂ ਆਪਣੇ ਮਨ ਨੂੰ ਵੇਚਣਾ ਗੁਰੂ ਜੀ ਨੇ ਵੇਚਣ ਸ਼ਬਦ ਆਖਿਆ ਬਕਾਰ ਜਿਹੜੀ ਚੀਜ਼ ਬਕਾਰ ਹੁੰਦੀ ਉਹ ਵੇਚ ਦੇਈਦੀ ਹੈ ਕੁਆੜੀਆਂ ਦੀ ਗੱਡੀ ਜਾਂ ਹੋਰ ਚੀਜ਼ਾਂ ਸਮਾਨ ਜਾਂ ਮੈਂ ਗਾਂ ਮੰਡੀ 'ਤੇ ਵੇਚਦੇ ਹਾਂ ਵੀ ਦੁੱਧ ਘੱਟ ਦਿੰਦੀ ਹੈ ਜਾਂ ਹੋਰ ਇਵੇਂ ਜਦੋਂ ਸਾਡਾ ਮਨ ਬਕਾਰੀ ਹੈ ਬਕਾਰ ਤੋਂ ਬਚਣ ਵਾਸਤੇ ਗੁਰੂ ਜੀ ਕਹਿੰਦੇ ਮਨ ਵੇਚਿਆ ਮਨ ਵੇਚਿਆ ਸਤਿਗੁਰ ਕੇ ਪਾਸ ਅਤੇ ਗਾਂ ਵਰਗੀ ਦਿੱਤਾ ਤਾਂ ਸੇਵਕ ਕੇ ਕਾਰਜਾ ਵਾ ਰਾਸ ਸੇਵਕ ਦੇ ਕਾਰਜ ਰਾਸ ਆਉਣਗੇ
गुरु जी फरमाते हैं सेवक गुरु दे वाली गुरु जी फरमाते जिसका साहब नंगा भुखा नफर कितों रह जी खाए जिसका साहब नंगा है भुखा है हजू कह नफर सिख कितों खाए जिसका गुरु ही भुखा है हम भुखे जे कहीए ना बोले सारे ही भुखे भुखे है तुहाडे कोले ते मलेरकोटले वाला पीर की जगह है पीर दी ये की भालदा ये बकरा भालदा भुखी है एक तरह की या कोई होर माड़ा मोटा समान जेड़े देने वाले बेचारे उन्होंने कारण भी माड़ी है बकरा वो गांव बेच देंगे बस इन्नी गल ही है या लाला वाला पीर है वो तो गुलगुले चढ़ते है गुलगुले जंड वाला लाल लीड़ा जंड नूं लपेटिया जांदा असीं उत्थे जा रहे दुकान ते ते सड़क ते जंड है ते उत्थे इक माता उत्थे उदों उन्हां समें च नलका सीगा भाई साहब गड्डी चलाउंदे सी ते खड़ के भी चलो गड्डी मेटर सी भी ते पानी पानी पूनी वेख नहीं सफर जादे वह फिर उन्होंने वह माई आई माई ने थाल भर के गुलगुलियां दा पहले पैरों च रखे फिर मत्था टेक उस को जवाक सी जवाक दी गिच्ची फड़ के जंड दे नाल मत्था लै दो तीन वेरी ने ठा ठा मारिया जवाक नूं जंड दे नाल ते माई हाथ जोड़ के खड़ गई बे जंड बाबा भी गुलगुले खा असीं नेड़े ही वेखदे हुण जंड लक्कड़ साडा किड्डा बड़ा दिमाग है बड़ा दिमाग है ना उन्हें गुलगुले खाने उत्थे पहले एक कुत्ता आया फिर दो आ गए फिर कुत्ते लड़ते माई कहती हट 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 माई आई तो हम पूजा कर गुलगुले खाने वाले कुत्ते लड़ते माई हटा भी असी बोले माई ना हटा खा लैन खा लैन कहती मैं तो बाबे वास्ते नहीं आई मैं फिर बाबे ने खवा देने सी या बाबे च पावर तैनू हटावे हटावे मां माई जिहड़े जंड वाला ना वह कुत्ते की जूंची है ये अपने गुलगुले खाना है कहिंदी अच्छा कहिंदी ऊं मैनू रात नूं सफरे च भी कई मौके मंजे दे थले घसड़दा दिस कहे मैं हो गया तैनू पखा कर लैने इउं ही कहिंदी अच्छा ये कुत्ते जी जून च पिया वा जंड वाला जे जून जून भैड़ी है इवें आ देवी है देखो शेर वाली है ये कहती मेरी लाल गोटे वाली चुन्नी मंगलवार नूं चाढ़ नाल भुजिया वधाणा चाढ़ चाढ़ मैं सिरों नंगी फिरदी मेरा ढिड भुखा भुजिया वधाणा लिया मेरे कोल किसे वल भी वेख लो तुसीं देवी देवतियां वल ਕਿਤੇ ਵੀ ਵੇਖ ਲਓ ਬਸ ਸਾਰੇ ਮੰਗਤੇ ਹੀ ਆ ਮੰਗੀ ਜਾਂਦੇ ਆ ਜੇ ਨਾ ਚਾੜੋਗੇ ਫਿਰ ਸਾਸ ਦੂਜੇ ਪਾਸੇ ਪੀਰਾਂ ਦੇ ਕਬਰ ਤੇ ਮੇਰੇ ਸਾਢੇ ਕੁ ਤਨ ਤਨ ਗਾਈ ਦਾ ਲੀੜਾ ਚਾੜੋ ਲਾਲ ਲੀੜਾ ਚਾੜੋ ਉੱਥੇ ਕੋਈ ਲੱਡੂ ਕੋਈ ਹੋਰ ਚੀਜ਼ ਚਾੜੋ ਸਾਰੇ ਭੁੱਖੇ ਆ ਇੱਕ ਕਲਯੁਗ ਦੇ ਵਿੱਚ ਬਾਬਾ ਨਾਨਕ ਜੀ ਕਹਿੰਦੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਿੱਖਾ ਤੂੰ ਖਾ ਤੂੰ ਪਹਿਨ ਤੂੰ ਸਾਰਾ ਕੁਝ ਕਰ ਗੱਡੀਆਂ ਮੋਟਰਾਂ ਚਲਾ ਵਧੀਆ ਨਹਾ ਧੋ ਕੇ ਸਿੱਖ ਬਣ ਕੇ ਰਹਿ ਗੁਰੂ ਜੀ ਕਹਿੰਦੇ ਇੱਕ ਕੰਮ ਕਰ ਮਨ ਵੇਚਿਆ ਮੈਂ ਤਾਂ ਮਨ ਦਾ ਗਾਹਕ ਹੈ ਗੁਰੂ ਜੀ ਕਹਿੰਦੇ ਮੈਂ ਤਾਂ ਆਪ ਰਾਜਾ ਯੋਗੀ ਹਾਂ ਮੈਂ ਤਾਂ ਇਹ ਤੇਰੀ ਸ਼ਰਧਾ ਹੈ ਜੇ ਕੋਈ ਚੀਜ਼ ਲਿਆਉਂਦੀ ਹੈ ਇਉਂ ਆਖੇ ਇੱਕ ਇਤਿਹਾਸਕ ਵਚਨ ਹੁੰਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਿੱਖ ਸੰਗਤਾਂ ਨੂੰ ਤਾਰ ਰਹੇ ਬਰਾਜ ਰਹੇ
ਕਈ ਵਿਦਵਾਨ ਕਹਿੰਦੇ ਪ੍ਰਚਾਰ ਕਰ ਲਈ ਗੁਰੂ ਸਾਹਿਬ ਬਰਾਜਮਾਨ ਸੇ ਬਰਾਜਮਾਨ ਬਰਾਜਮਾਨ ਤਾਂ ਹੋ ਗਿਆ ਅਤੇ ਹੁਕਮਨਾਮਾ ਕੇ ਮਿਲਾਵਾਂ ਹੁਕਮਨਾਮਾ ਲੈ ਸਕਦੇ ਬਰਾਜਮਾਨ ਨਹੀਂ ਗੁਰੂ ਸਾਹਿਬ ਬਰਾਜ ਰਹੇ ਹੈ ਇਉਂ ਬੋਲਣਾ ਚਾਹੀਦਾ ਜਾਂ ਗੁਰੂ ਸਾਹਿਬ ਸਿੱਖ ਸੰਗਤਾਂ ਨੂੰ ਤਾਰ ਰਹੇ ਇਉਂ ਬੋਲਣਾ ਚਾਹੀਦਾ ਇਸ ਕਰਕੇ ਸਾਧ ਸੰਗਤ ਗੁਰੂ ਸਾਹਿਬ ਸਿੱਖ ਸੰਗਤਾਂ ਨੂੰ ਤਾਰ ਰਹੇ ਸੀ ਉੱਥੇ ਇੱਕ ਸੇਠ ਆਇਆ ਸੇਠ ਨੇ ਮਾਇਆ ਦੀ ਘੋੜੀ ਸੀ ਉਹਦੇ ਕੋਲ ਇੱਕ ਖੁਰਜੀ ਮੱਥਾ ਟੇਕੀ ਖੁਰਜੀ ਹੁੰਦੀ ਦੋ ਬੋਰੀਆਂ ਦੋ ਬੋਰੀਆਂ ਉੱਤੇ ਬੰਦਾ ਬਹਿ ਜਾਂਦਾ ਇੱਕ ਬੋਰੀ ਇੱਧਰ ਹੁੰਦੀ ਇੱਕ ਉੱਧਰ ਹੁੰਦੀ ਹੈ ਘੋੜੀ 'ਤੇ ਬਹਿ ਜਾਂਦਾ ਅਤੇ ਜਿਹਨੂੰ ਮਾਤਾ ਜੀ ਅਨੰਦਪੁਰ ਸਾਹਿਬ ਤੋਂ ਲੈ ਕੇ ਆਪਣੇ ਪੋਤਰਿਆਂ ਨੂੰ ਨਾਲ ਲੈ ਕੇ ਘੋੜੀ 'ਤੇ ਖੁਰਜੀ ਰੱਖਦੀ ਸੀ ਮਾਇਆ ਦੀ ਮਾਤਾ ਜੀ ਨੇ ਉਹ ਗੰਗੂ ਨੇ ਫਿਰ ਚਰਾ ਲਈ ਸੀ ਖੁਰਜੀ ਖੁਰਜੀ ਕਵੀ ਸੰਤੋਖ ਸਿੰਘ ਜੀ ਇਹ ਗੱਲ ਕਹਿੰਦੇ ਕਹਿੰਦੇ ਆ ਗੰਗੂ ਪਾਪੀ ਚੰਦਰਾ ਕਦੇ ਨਾ ਬਣਿਆ ਮੀਤ ਖੁਰਜੀ ਜੋ ਕਰ ਰੱਖ ਲਈ ਹੋਰ ਪਾਪ 'ਤੇ ਨੀਤ ਉਹਨੂੰ ਖੁਰਜੀ ਆਖਿਆ ਵਾਲੇ ਨੂੰ ਪਤਾ ਨਹੀਂ ਇਹਨਾਂ ਬਚਨਾਂ ਦਾ ਅਰਥਾਂ ਦਾ ਵੀ ਖੁਰਜੀ ਕਿਹਨੂੰ ਕਹਿੰਦੇ ਕਹਿੰਦੇ ਆ ਇਵੇਂ ਸਤਿਗੁਰ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਕੋਲ ਉਹਨੇ ਖੁਰਜੀ ਮੱਥਾ ਟੇਕੀ ਮਾਇਆ ਦੀ ਦੋ ਛੋਟੀਆਂ ਛੋਟੀਆਂ ਬੋਰੀਆਂ ਹੁੰਦੀਆਂ ਦੋਨੇ ਪਹਿਲੇ ਲਾਉਂਦੀਆਂ ਇਉਂ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਕਿਵੇਂ ਆਏ ਉਹ ਕਹਿਣ ਲੱਗਾ ਜੀ ਆਪ ਜੀ ਨੂੰ ਇਹ ਮਾਇਆ ਦਾਨ ਕਰਨ ਵਾਸਤੇ ਆਇਆ ਹੁਣ ਵੇਖੋ ਗੁਰੂ ਕੈਸਾ ਸਾਡਾ ਰੱਜਿਆ ਵਾ ਗੁਰੂ ਜੀ ਕਹਿੰਦੇ ਜੇ ਦਾਨ ਕਰਨਾ ਨਾ ਅਤੇ ਬਾਹਮਣ ਕੋਲ ਚਲਿਆ ਜਾ ਗੰਗਾ 'ਤੇ ਚੱਕ ਕੇ ਨਾ ਉੱਥੇ ਦਾਨ ਕਰ ਦੇ ਇਹ ਤੁਹਾਡੇ ਕੰਮ ਆਉਣ ਵਾਲਾ ਵਚਨ ਦਾਨ ਕਰ ਦੇ ਉਹ ਕਹਿੰਦੇ ਜੀ ਮੈਂ ਇੱਥੋਂ ਵਾਸਤੇ ਵੀ ਆਇਆ ਗੁਰੂ ਜੀ ਕਹਿੰਦੇ ਦਾਨ ਲੱਗਦਾ ਗਰੀਬ ਨੂੰ ਮਰਾਸੀ ਨੂੰ ਦਾਨ ਲੱਗਦਾ ਕਿਸੇ ਬਾਹਲੇ ਗਰੀਬ ਨੂੰ ਅਤੇ ਦਾਨ ਲੱਗਦਾ ਬਾਹਮਣ ਪੰਡਿਤ ਪ੍ਰੋਹਤ ਆਪਣੇ ਸ਼ਰਾਧ ਕਰਦੇ ਗੁਰੂ ਜੀ ਕਹਿੰਦੇ ਅਸੀਂ ਤਾਂ ਰਾਜੇ ਯੋਗ ਹੀ ਹਾਂ ਸਾਨੂੰ ਇਹ ਮਾਇਆ ਦੀ ਲੋੜ ਨਹੀਂ ਹੈ ਇਉਂ ਉਹਨੇ ਆਖਿਆ ਜੀ ਮੈਂ ਤਾਂ ਇੱਥੇ ਵਾਸਤੇ ਲਿਆਇਆ ਦਾਨ ਦੀ ਰੀਤੀ ਪਈ ਵੀ ਆ ਪਹਿਲਾਂ ਸਤਿਯੁਗ ਦੁਆਬਾ ਤ੍ਰੇਤ ਉਹ ਗੁਰੂ ਜੀ ਨੇ ਬਦਲਣੀ ਸੀ ਪਾਤਸ਼ਾਹ ਜੀ ਅਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਫਿਰ ਕਿਉਂ ਫਰਜੀ ਮਾਇਆ ਲੈ ਕੇ ਆਇਆ ਉਹ ਕਹਿੰਦੇ ਮੈਂ ਹਾਂ ਸੌਦਾਗਰ ਸੌਦਾਗਰ ਸੌਦਾਗਰੀ ਕਰਕੇ ਅਤੇ ਮੈਂ ਨਾ ਘੋੜੇ 'ਤੇ ਆ ਰਿਹਾ ਸੀ ਅਤੇ ਮੇਰੇ ਕੋਲ ਹੀਰੇ ਮੋਤੀ ਜਵਾਹਰ ਪਏ ਸੀ ਮੈਂ ਸੌਦਾਗਰੀ ਕਰਕੇ ਆ ਰਿਹਾ ਸੀ ਅਤੇ ਰਸਤੇ 'ਚ ਪੈ ਗਏ ਮੈਨੂੰ ਡਾਕੂ ਚੋਰ ਉਹਨਾਂ ਨੇ ਪਾ ਲਿਆ ਮੇਰੇ ਗਲ 'ਚ ਦੁਪੱਟਾ ਦੁਪੱਟਾ ਪਾ ਲਿਆ ਜਦੋਂ ਗਲ ਘੁੱਟਣ ਲੱਗੇ ਮਾਰਨ ਲੱਗੇ ਕਹਿੰਦਾ ਮੈਂ ਪਹਿਲਾਂ ਹਨੂੰਮਾਨ ਹੁਣ ਇਹ ਵੀ ਭੁੱਖਾ ਹੀ ਇਹ ਅੱਠ ਮਿਲਣ ਮੰਨੀ ਭਾਲ ਕਹਿੰਦਾ ਮੰਨੀ ਲਿਓ ਇੱਕ ਨਾ ਕੋਈ ਗੱਲ ਨਾ ਬਾਤ ਜਾਂਗੀ ਆ ਭਾਲ ਹਾਂ ਵੀ ਤੇਰੇ ਜਾਂਗੀ ਦੱਸ ਦੇ ਤੂੰ ਕਿਉਂ ਮੰਗਦਾ ਹੋ ਜਹਿਦਾ ਸਾਹਿਬ ਨੰਗਾ ਫਿਰ ਨੰਗਾ ਹੀ ਆ ਨਾ ਭੁੱਖਾ ਅੱਠਵੇਂ ਦਿਨ ਮੰਨੀ ਜਿਹਨੂੰ ਅੱਠਵੇਂ ਦਿਨ ਰੋਟੀ ਮਿਲਦੀ ਹੈ ਦੂਜੇ ਨੂੰ ਕੀ ਦੇ ਦੂ ਕੀ ਦੇਊ ਵਿਚਾਰਾ ਵੀ ਅਸੀਂ ਮੰਨਦੇ ਵਾਲਾ ਇਹਨਾਂ ਨੂੰ ਮੰਨਦੇ ਫਿਰ ਖਾ ਮਖਾ ਬੰਦੇ ਦੇ ਕੰਮ ਨਹੀਂ ਆਉਂਦਾ ਸੰਧੂਰ ਹੈ ਉੱਥੇ ਸੰਧੂਰ ਦੀ ਪੁੜੀ ਰੱਖਣੀ ਪੈਂਦੀ ਪੁੜੀ ਰੱਖਣੀ ਪੈਂਦੀ ਹੈ ਹੁਣ ਜੇ ਵਚਨ ਕਰੀਏ ਤਾਂ ਸੱਸ ਸਮਾਂ ਖਰਾਬ ਹੀ ਹੈ ਸਮਾਂ ਖਰਾਬ ਹੀ ਹੈ ਅਤੇ ਉਹ ਸਾਧ ਸੰਗਤ ਉਹਨੇ ਪੁੱਛਿਆ ਹਨੂੰਮਾਨ ਨੇ ਸੀਤਾ ਨੂੰ ਵੀ ਸੰਧੂਰ ਕੀ ਕੰਮ ਆਉਂਦਾ ਉਹਨੇ ਹੁਣ ਸੀਤਾ ਨੇ ਆਖਿਆ ਮੈਂ ਆਪਣੇ ਮੂੰਹ ਨੂੰ ਲਾ ਲੈਂਦਾ ਮਾਈਆਂ ਬੀਬੀਆਂ ਅੱਗੇ ਲਾਉਂਦੀਆਂ ਜਾਂ ਹੁਣ ਤਾਂ ਘੱਟ ਗਈ ਗੱਲ ਹੈਗੀ ਚਲੋ ਵੀ ਉਹ ਥੋੜ੍ਹਾ ਲਾਲ ਜਿਹਾ
ਹੁੰਦਾ ਲਾਲ ਜਿਹਾ ਹੁੰਦਾ ਤੇ ਉਹਨੇ ਆਈ ਫਿਰ ਕਾਹਨੂੰ ਲਾਲ ਜੀ ਨੂੰ ਕਹਿੰਦੀ ਵੀ ਰਾਮ ਜੀ ਭਗਵਾਨ ਨੂੰ ਮੈਂ ਸੋਹਣੀ ਲੱਗਦੀ ਹੁਣ ਹਨੂੰਮਾਨ ਦਾ ਦਿਮਾਗ ਵੇਖੋ ਹਨੂੰਮਾਨ ਕਹਿੰਦੇ ਮਾਂ ਤਾਂ ਮੈਨੂੰ ਵੀ ਪੂਰਾ ਦੇ ਵੇਖੋ ਮਾਂ ਤੇ ਹਨੂੰਮਾਨ ਨੇ ਸਾਧ ਸੰਗਤ ਲੈ ਲਿਆ ਮਾਤਾ ਅੰਦਰ ਚੱਲ ਨੇ ਚੱਕ ਕੇ ਕੁੜੀ ਨੇ ਸਾਰੀ ਢਿੱਡ ਤੇ ਸਰੀਰ ਤੇ ਬਲ ਹਾਂ ਮੜ ਕੇ ਮਾਤਾ ਕਹਿੰਦੀ ਫਿਰ ਹਨੂੰਮਾਨ ਨੇ ਕੀ ਕਰੀ ਫਿਰ ਕਹਿੰਦਾ ਮੈਂ ਮੈਨਾ ਮੇਰਾ ਜੀ ਕਰਦਾ ਮੈਂ ਭਗਵਾਨ ਨੂੰ ਸਾਰਾ ਹੀ ਸੋਹਣਾ ਲੱਗਾ ਹੁਣ ਉਹ ਰੀਤੀ ਪੈ ਗਈ ਆ ਉਹ ਕੁੜੀ ਚੜ੍ਹਾਉਣੀ ਪੈਂਦੀ ਆ ਉੱਥੇ ਖਾ ਮਖਾ ਇਹਨੂੰ ਆਖਿਆ ਨਾ ਜਿੱਦਾਂ ਸਾਹਿਬ ਨੰਗਾ ਭੁੱਖਾ ਨਫ਼ਰ ਕਿੱਥੋਂ ਰਾਜ ਖਾਈ ਦੇਖੋ ਗੁਰੂ ਸਾਹਿਬ ਨੇ ਬਹੁਤ ਵਧੀਆ ਬੈਠੇ ਤੁਸੀਂ ਸੋਹਣੇ ਲੱਗਦੇ ਹਾਂ ਚਲੋ ਪ੍ਰਸ਼ਾਦਾ ਲਿਆਇਆ ਸੰਗਤਾਂ ਨੂੰ ਵਰਤ ਜਾਣਾ ਹੈ ਦਸ ਗੁਣਾ ਇੱਥੇ ਤੁਹਾਡਾ ਪ੍ਰਸ਼ਾਦਾ ਵਧਣਾ ਹੈ ਸੱਤਰ ਗੁਣਾ ਦਰਗਾਹ ਵਧਣਾ ਸੱਤਰ ਗੁਣਾ ਉਹ ਮਾਤਾ ਜੀ 30 ਸਾਲ ਪ੍ਰਸ਼ਾਦਾ ਲੈ ਕੇ ਜਾਂਦੇ ਨੇ 33 ਸਾਲ ਨਾਨਕ ਸਰ ਤੁਰ ਕੇ 3-4 ਵਜੇ ਅਸੀਂ ਵੀ ਨਾਲ ਗਏ ਤੁਰ ਕੇ 20 ਕਿਲੋਮੀਟਰ ਬਾਟ ਉਹ ਪ੍ਰਸ਼ਾਦਾ ਜਿਹੜਾ ਢੋਇਆ ਵਾ ਅਤੇ ਬਾਬਾ ਜੀ ਆ ਗਏ ਬਾਬਾ ਆਨੰਦ ਸਿੰਘ ਜੀ ਬਾਬਾ ਜੀ ਹੁਣ ਤੁਸੀਂ ਵੇਖੋ ਫਲ ਕਿੰਨਾ ਉਹ ਕਿੰਨਾ ਨੇ ਖਾਧਾ ਉਹ ਬੇਗਮਾਂ ਨੇ ਖਾ ਗਿਆ ਨਾਮ ਜਪਣ ਵਾਲਿਆਂ ਨੇ ਛਕਿਆ ਅਤੇ ਨਾਮ ਜਪਣ ਵਾਲੇ ਨੂੰ ਤੁਸੀਂ ਪ੍ਰਸ਼ਾਦਾ ਪਾਣੀ ਛਕਾ ਦਿਓ ਨਾ ਉਹਦੇ 'ਚੋਂ 25% ਤੁਹਾਡੇ ਘਰ ਆਪ ਹੀ ਚਲੇ ਜਾਂਦੇ ਐਸਾ ਚਲੇ ਜਾਂਦੇ ਹੁਣ 20 ਰੁਪਈਏ ਮਿਲੇ ਬਾਬੇ ਨਾਨਕ ਨੂੰ ਹਾਂ ਮੈਂ ਤਾਂ ਕੱਲ੍ਹ ਨੇ ਆਖਿਆ ਪੁੱਤਰ ਖੱਤਰੀਆਂ ਅਤੇ ਤੂੰ ਫਿਰ ਨਹੀਂ ਹੋਰ ਕੁਛ ਕਰਨਾ ਅਤੇ ਦੁਕਾਨ ਹੀ ਭਲ ਵਧੀਆ ਬੈਠ ਕੇ ਕਲੀ ਕੀਤੀ ਰਗੜੇ ਬਣਾਏ ਮਿਸਤਰੀ ਲਿਆ ਕੇ ਵੀ ਇੱਥੇ ਬਸਾਰ ਮਿਰਚਾਂ ਲੂਣ ਸਭ ਰੱਖਾਂਗੇ ਰੱਖਾਂਗੇ ਸਮਾਨ ਉਹ ਟਾਈਮ 'ਤੇ 16-17 ਸਾਲ ਦੀ ਉਮਰ ਸੀ ਸੱਚੇ ਪਾਤਸ਼ਾਹ ਅਤੇ ਭਾਈ ਬਾਲਾ ਤੂੰ ਨਾਲ ਜਾ ਤੂੰ ਸਿਆਣਾ ਜੱਟ ਹੈ ਸੰਧੂ ਹੈ ਇਉਂ ਅਤੇ ਸਾਹ ਭਾਈ ਬਾਲਾ ਜੀ ਨਾਲ ਗਏ ਗੁਰੂ 20 ਰੁਪਈਏ ਅਤੇ ਸੱਚੇ ਪਾਤਸ਼ਾਹ ਜੀ ਜਾਂਦੇ ਜਾਂਦੇ ਸ਼ਹਿਰ ਨੂੰ ਕੱਚੇ ਰਾਹ ਪੈ ਗਏ ਭਾਈ ਬਾਲਾ ਜੀ ਨੇ ਆਖਿਆ ਜੀ ਇੱਧਰ ਤਾਂ ਵੀ ਕੋਈ ਸ਼ਹਿਰ ਨਹੀਂ ਹੈ ਖੇਤ ਹੈ ਜੰਗਲ ਬਹੁਤ ਹੈ ਕਹਿੰਦੇ ਭਾਈ ਬਾਲਾ ਜੀ ਆਪਾਂ ਬਾਪੂ ਜੀ ਦੀ ਰਸਨਾਂ ਦੇ ਫੁੱਲ ਚੜ੍ਹਾਉਣੇ ਨੇ ਕਿਹੜੇ ਤੁਹਾਡੇ ਕੰਮ ਆਉਣ ਵਾਲੇ ਵਚਨੇ ਫੁੱਲ ਚੜ੍ਹਾਉਣੇ ਆ ਕਿਹੜੇ ਕਹਿੰਦੇ ਬਾਪੂ ਜੀ ਨੇ ਕਿਹਾ ਸੀ ਸੱਚਾ ਸੌਦਾ ਕਰੀ ਖਰਾ ਸੌਦਾ ਕਰੀ ਇਉਂ ਆਖਿਆ ਬਾਪੂ ਜੀ ਤਾਂ ਐਵੇਂ ਆਖਿਆ ਵੀ ਸਮਾਨ ਲਈ ਪਰ ਖਰਾ ਅਤੇ ਸੱਚਾ ਬਾਬੇ ਨਾਨਕ ਵਾਸਤੇ ਕੀ ਹੋਇਆ ਫਿਰ ਉਹ ਖਰਾ ਸੌਦਾ ਸੱਚਾ ਅਤੇ ਕੀ ਹੋਇਆ ਕਿੱਥੇ ਚਲੇ ਗਏ ਜੰਗਲ ਵਿੱਚ ਸਾਧੂ ਬੈਠੇ ਸਾਧੂ ਉਹਨਾਂ ਨੂੰ ਪੁੱਛਿਆ ਸਾਧੂਆਂ ਨੂੰ ਵੀ ਤੁਹਾਡੇ ਜਲ ਪਾਣੀ ਦਾ ਕੀ ਪ੍ਰਬੰਧ ਉਹ ਕਹਿੰਦੇ ਸਾਡਾ ਜਲ ਪਾਣੀ ਦਾ ਫਿਕਰ ਅਕਾਲ ਪੁਰਖ ਨੂੰ ਇਉਂ ਆਖਿਆ ਅਸੀਂ ਅਕਾਲ ਪੁਰਖ ਦਾ ਨਾਮ ਜਪਦੇ ਹਾਂ ਤੁਸੀਂ ਵੀ ਘਰੇ ਜਪਿਆ ਕਰੋ ਕੁਛ ਤੁਹਾਡਾ ਵੀ ਰੱਬ ਨੂੰ ਫਿਕਰ ਪਊਗਾ ਜੇ ਨਾਮ ਜਪਦੇ ਫਿਰ ਜਦੋਂ ਉਹਨੂੰ ਬੈਠੇ ਘਰੇ ਯਾਦ ਕਰਦੇ ਆ ਲੋਕ ਸੁੱਤੇ ਪਏ ਆ ਤੁਸੀਂ ਪੜ੍ਹਦੇ ਆ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਲ ਜਿਨਸਾ ਭੰਗ ਪੜ੍ਹੀ ਜਾਂਦੇ ਪੜ੍ਹੀ ਜਾਂਦੇ ਜਪ ਆਦ ਸੱਚ ਜੁਗਾਦ ਸੱਚ ਬਾਜਾ ਮਾਰਦੇ ਹੈਪੀ ਸੱਚ ਨਾਨਕ ਹੁਣ ਮੌਕੇ ਦੇ ਮਾਲਕ ਹੈ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਡਿਊਟੀ ਹੈ ਅਤੇ ਰੋਜ਼ ਬਾਜਾਂ ਵੱਜਦੀ 648 ਵੇਰਾਂ ਜੇ 6 ਮਾਲਾ ਵੇਰ ਗਏ ਨਾ ਪਹਿਲੀ ਪੌੜੀ ਦੀਆਂ 648 ਵੇਰਾਂ ਅੰਮ੍ਰਿਤ ਵੇਲੇ ਗੁਰੂ ਨਾਨਕ ਨੂੰ ਬਾਜਾਂ ਵੱਜਦੀਆਂ 2 ਘੰਟੇ ਦਾ ਨਿਤਨੇਮ ਹੈ ਅਤੇ ਕੀ ਗੁਰੂ ਨਾਨਕ ਕਿਰਪਾ ਨਹੀਂ ਕਰੂਗਾ ਨਹੀਂ ਕਰੂਗਾ ਬਾਜਾਂ ਮਾਰਦੇ ਹਾਂ ਅੰਮ੍ਰਿਤ ਵੇਲੇ ਲੋਕ ਸੁੱਤੇ ਪਏ ਸਿੱਖ ਸ਼ੇਰ ਦੇਖੋ ਗਾਈਦਾ ਮੇਰ ਹੋਊ ਜਾਂ ਨਹੀਂ ਹੋਊ ਕਿਉਂ ਨਹੀਂ ਹੋਊਗੀ ਜਦੋਂ ਦਾ ਨਾਂ ਲੈਂਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪੜ੍ਹਦੇ ਹਾਂ ਉਹ ਹੁਣ ਡਿਊਟੀ 'ਤੇ ਆ ਇਹ ਜਿੰਨੇ ਦੇਵੀ ਦੇਵਤੇ ਰਿਟਾਇਰ ਹੋ ਗਏ ਆ ਕੋਈ ਦੁਆਪਰ 'ਚ ਆਇਆ ਸੀ ਕੋਈ ਤ੍ਰੇਤੇ 'ਚ ਆਇਆ ਸੀ ਇਹ ਚਲੇ ਗਏ ਆ ਸਾਧ
ਹੁਣ ਕਲਯੁਗ ਦੇ ਵਿੱਚ ਡਿਊਟੀ ਬਾਬੇ ਨਾਨਕ ਦੀ ਹੈ। ਇਸ ਕਰਕੇ ਜੇ ਪੂਜਾ ਕਰਨੀ ਹੈ, ਕੋਈ ਟਾਈਮ ਕੱਢਣਾ ਹੈ, ਸੇਵਾ ਸੇਵਨ ਕਰਨੀ, ਜਾਗਣਾ, ਤਾਂ ਗੁਰੂ ਨਾਨਕ ਸਾਹਿਬ ਕੁਛ ਨਹੀਂ ਮੰਗਦਾ, ਇਹੀ ਮੰਗਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮੇਰੇ ਪਿਆਰੇ ਸਿੱਖਾਂ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਆਵਾਰਾ ਜਾਂ ਮੋਹਰ ਲਾਈ। ਹੁਣ ਉੱਥੇ ਵਿਚਾਰ ਫਿਰ ਕਰ ਲਓ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵੀ ਇਹ ਕਿਉਂ ਲਿਆ ਆ? ਉਹ ਕਹਿੰਦਾ ਮੈਂ ਸੁਦਾਗਰ ਗੱਲ 'ਚ ਪਾ ਲਿਆ ਮੇਰੇ ਦੁਪੱਟਾ, ਅਤੇ ਡਾਕੂਆਂ ਨੇ ਅਤੇ ਮਾਰਨ ਲੱਗੇ ਸੀ। ਕਹਿੰਦੇ ਮੈਂ ਕਿਹਾ ਬਜਰੰਗ ਬਲੀ ਹਨੂੰਮਾਨ ਪਹੁੰਚ, ਉਹ ਜਿਹੜਾ ਉਹ ਤ੍ਰੇਤੇ ਜੀ ਪਹੁੰਚ ਸਕਦਾ, ਹੁਣ ਨਹੀਂ ਪਹੁੰਚ ਸਕਦਾ, ਉਦੋਂ ਡਿਊਟੀ ਸੀ ਉਹਦੀ, ਹੁਣ ਨਹੀਂ ਹੈ, ਹੁਣ ਉਹਦੀ ਡਿਊਟੀ ਖਤਮ ਹੈ, ਪਹੁੰਚ। ਇਉਂ ਆਖਿਆ ਹਨੂੰਮਾਨ ਪਹੁੰਚਿਆ ਨਹੀਂ, ਉਹਨੇ ਫਿਰ ਜਾ ਕੇ ਜੰਡ ਵਾਲਿਆ ਤੂੰ ਪਹੁੰਚ, ਸ਼ੇਰਾਂ ਵਾਲੀ ਮਾਈ ਸ਼ੇਰ 'ਤੇ ਪਲਾਕੀ ਮਾਰ ਕੇ ਤੂੰ ਪਹੁੰਚ, ਕੋਈ ਨਾ ਪਹੁੰਚਿਆ, ਕੋਈ ਵੀ ਨਾ ਆਇਆ। ਉਹ ਫਿਰ ਸੇਠ ਗੁਰੂ ਅਰਜਨ ਸਾਹਿਬ ਨੂੰ ਦੱਸਦਾ ਵੀ ਮੇਰੇ ਯਾਦ ਆ ਗਿਆ ਵੀ ਹੇ ਗੁਰੂ ਨਾਨਕ ਸਾਹਿਬ ਤੇਰੀ ਗੱਦੀ ਸਭ ਤੋਂ ਵਲੀ ਹੈ, ਮੈਂ ਸਾਰਿਆਂ ਨੂੰ ਯਾਦ ਕੀਤਾ, ਮੈਨੂੰ ਮਾਰ ਰਹੇ ਹੁਣ, ਅਤੇ ਕਿਰਪਾ ਕਰ ਜਿਹੜਾ ਤੇਰੀ ਗੁਰਗੱਦੀ 'ਤੇ ਹੋਵੇਗਾ ਸਾਰਾ ਧਨ ਜਾਂਦਾ ਤੇ ਸੀ ਅੱਧਾ ਦੇਵੇ ਲਟਾ, ਅਤੇ ਮੈਂ ਅਰਦਾਸ ਕਰਦੀ ਸੀ ਵੀ ਅੱਧਾ ਧਨ ਤੇਰੇ ਕੋਲ ਲੈ ਕੇ ਆਊਂਗਾ। ਜਦੋਂ ਇੰਨੀ ਗੱਲ ਕਹੀ, ਅਰਦਾਸ ਕੀਤੀ, ਉਸ ਟਾਈਮ 'ਤੇ ਉਹਨਾਂ ਨੇ ਦੁਪੱਟਾ ਛੱਡਤਾ ਅਤੇ ਅੱਖਾਂ ਤੋਂ ਦਿਸਣੋਂ ਬੰਦ ਹੋ ਗਿਆ। ਇਤਿਹਾਸ ਉੱਤੇ ਲਿਖਿਆ ਹੋਇਆ ਉਹਨਾਂ ਨੂੰ ਦਿਸਣੋਂ ਬੰਦ ਹੋ ਗਿਆ। ਉਹਨਾਂ ਡਾਕੂਆਂ ਨੇ ਆਖਿਆ ਤੂੰ ਕਿਹਨੂੰ ਯਾਦ ਕੀਤਾ? ਉਹ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ। ਹੁਣ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਅਤੇ ਪੰਜਵੇਂ ਗੁਰੂ ਨਾਨਕ ਗੱਦੀ 'ਤੇ ਸੀ, ਉਹੀ ਗੁਰੂ ਨਾਨਕ, ਅਤੇ ਸੁੱਖਣਾ ਸੁੱਖ ਲਈ ਵੀ ਮੈਂ ਜਿਹੜਾ ਸਾਰਾ ਧਨ ਅੱਧਾ ਦੇਊਂਗਾ ਤੈਨੂੰ। ਹੁਣ ਗੁਰੂ ਅਰਜਨ ਸਾਹਿਬ ਕੀ ਕਹਿੰਦੇ? ਫਿਰ ਕਹਿੰਦੇ ਜਿਹਨੇ ਡੋਟਾ ਖੋਲ੍ਹਤਾ ਮੇਰੇ ਪੈਰੀਂ ਹੱਥ ਲਾਤਾ, ਕਹਿੰਦੇ ਤੂੰ ਅਰਦਾਸ ਕਰਦੇ ਵੀ ਸਾਨੂੰ ਦਿਸਣ ਲੱਗ ਜੇ ਅਸੀਂ ਤੈਨੂੰ ਉਵੇਂ ਹੀ ਭੇਜ ਦਿੰਦੇ। ਉਹ ਕਹਿੰਦਾ ਮੈਂ ਕਿ ਹੇ ਬਾਬਾ ਨਾਨਕ ਮੈਨੂੰ ਇਹਨਾਂ ਨੇ ਛੱਡਤਾ ਅਤੇ ਇਹਨਾਂ ਨੂੰ ਦਿਸਣ ਲੱਗ ਜੀ। ਕਹਿੰਦੇ ਉਹਨਾਂ ਦਿਸਣ ਲੱਗ ਗਿਆ ਅਤੇ ਮੈਂ ਘਰੇ ਗਿਆ, ਘਰੋਂ ਨਹਾ ਧੋ ਕੇ ਜਲ ਪਾਣੀ ਛੱਕ ਕੇ ਅੱਜ ਫਿਰ ਤੁਹਾਡੇ ਕੋਲ ਮਾਇਆ ਲੈ ਕੇ ਆਇਆ। ਗੁਰੂ ਅਰਜਨ ਸਾਹਿਬ ਕਹਿੰਦੇ ਤੂੰ ਕਹਿੰਦੇ ਤੈਨੂੰ ਤੁਹਾਨੂੰ ਦਾਨ ਕਰਨਾ। ਗੁਰੂ ਜੀ ਕਹਿੰਦੇ ਤੂੰ ਦਾਨ ਕੀ ਕਰੇਗਾ? ਦਾਨ ਤਾਂ ਤੈਨੂੰ ਅਸੀਂ ਕੀਤਾ, ਤੇਰੀ ਜਾਨ ਤਾਂ ਅਸੀਂ ਬਚਾਈ, ਤੂੰ ਵੱਡਾ ਬਣਦਾ ਸਾਨੂੰ ਛੋਟਾ ਬਣਾਉਣਾ। ਗੁਰੂ ਜੀ ਕਹਿੰਦੇ ਦਾਨ ਤਾਂ ਤੈਨੂੰ ਅਸੀਂ ਕੀਤਾ, ਦਾਨ ਵੀ ਉਹ ਕੀਤਾ। ਗੁਰੂ ਜੀ ਕਹਿੰਦੇ ਤੈਨੂੰ ਮੌਤ ਦੇ ਮੂੰਹ ਚੋਂ ਕੋਈ ਕੱਢ ਨਹੀਂ ਸਕਦਾ, ਇਹ ਗੱਦੀ ਨੇ ਦਾਨ ਕੀਤਾ। ਗੁਰੂ ਜੀ ਕਹਿੰਦੇ ਅੱਜ ਤੋਂ ਮੁੜ ਕੇ ਮੇਰੇ ਸਿੱਖ ਕਿਸੇ ਨੇ ਇਹ ਨਹੀਂ ਕਹਿਣਾ ਮੈਂ ਗੁਰੂ ਘਰ ਵਿੱਚ ਦਾਨ ਕਰਨ ਆਇਆ। ਇਹ ਮਰਯਾਦਾ ਪੱਲੇ ਬੰਨੇ ਵਚਨ, ਹੁਣ ਤੁਹਾਡੇ ਕੰਮ ਆਉਣ ਵਾਲਾ ਵਚਨ ਹੈ। ਅੱਜ ਜਦੋਂ ਗੁਰੂ ਘਰ ਵਿੱਚ ਆਉਣਾ, ਕੋਈ ਚੀਜ਼ ਸਿੱਖ ਨੇ ਦੇਣੀ ਹੈ, ਇੱਥੇ ਕੜਾਹ ਪ੍ਰਸ਼ਾਦ ਜਾਂ ਕੋਈ ਵੀ ਹੋਰ ਮਹਾਂਪੁਰਖਾਂ ਦੀ ਸੇਵਾ ਕਰਨੀ ਹੈ, ਮੈਂ ਦਾਨ ਨਹੀਂ ਕਹਿਣਾ, ਇਹ ਗੱਲ ਕਹਿਣਾ ਵੀ ਸੱਚੇ ਪਾਤਸ਼ਾਹ ਜੀ ਮੈਂ ਤੇਰਾ ਸਿੱਖ ਹਾਂ ਅਤੇ ਮੈਂ ਤੇਰੇ ਘਰ ਦੀ ਸੇਵਾ ਕਰਨੀ ਚਾਹੁੰਦਾ, ਅਤੇ ਕਿਰਪਾ ਕਰੋ ਸਿੱਖ ਦੀ ਸੇਵਾ ਮਨਜ਼ੂਰ ਕਰਿਓ। ਇਉਂ ਬੋਲਣਾ ਆਪਾਂ ਹੁਣ ਜਿਹੜੇ ਇੱਥੇ ਜਿਹੜੇ ਵਚਨ ਹੁੰਦੇ ਨਾ ਤੁਹਾਡੇ ਕੰਮ ਆਉਣ ਵਾਲੇ ਵਚਨ ਹੈ। ਇਸ ਕਰਕੇ ਸਾਧ ਸੰਗਤ ਕਾਨੂੰਨ ਬਦਲਤਾ ਗੁਰੂ ਅਰਜਨ ਸਾਹਿਬ ਨੂੰ ਦਾਨ ਦਾ, ਦਾਨ ਨਹੀਂ ਕਹਿਣਾ। ਇਸ ਕਰਕੇ ਉੱਥੇ ਸਾਧ ਸੰਗਤ ਉਹਨੇ ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਉਹ ਮਾਇਆ ਦਿੱਤੀ, ਆਖਿਆ ਗੁਰੂ ਜੀ ਮੈਂ ਤੁਹਾਡਾ ਸਿੱਖ ਹਾਂ। ਗੁਰੂ ਜੀ ਕਹਿੰਦੇ ਸਿੱਖ ਨਹੀਂ, ਸਿੱਖ ਬਿਨਾਂ ਅਸੀਂ ਇੱਥੋਂ ਸੇਵਾ ਨਹੀਂ ਲੈਣੀ, ਤੂੰ ਚਰਨ ਭੌਲ ਲੈ ਪਹਿਲਾਂ, ਜਾਣੀ ਅੰਮ੍ਰਿਤ ਛੱਕ ਮਰਯਾਦਾ। ਅਤੇ ਗੁਰੂ ਜੀ ਕਹਿੰਦੇ ਦਾੜੀ ਕਿਸ ਰੱਖ, ਨਸ਼ਾ ਨਾ ਕੋਈ ਵਰਤੀ, ਅਤੇ ਜਦੋਂ ਤੂੰ ਸਾਡਾ ਸਿੱਖ ਬਣ ਗਿਆ ਫਿਰ ਤੂੰ ਹੁਣ ਕਹਿ ਵੀ ਗੁਰੂ ਜੀ ਮੈਂ ਤੁਹਾਡਾ ਸਿੱਖ ਹਾਂ ਅਤੇ ਮੈਂ ਤੁਹਾਡੇ ਘਰ ਦੀ ਸੇਵਾ ਕਰਨ ਆਇਆ। ਤਾਂ ਗੁਰੂ ਜੀ ਕਹਿੰਦੇ ਤੇਰੀ ਮਾਇਆ ਮਨਜ਼ੂਰ ਕਰਾਂਗੇ, ਨਹੀਂ ਅਸੀਂ ਕਰਨੀ ਨਹੀਂ। ਹੁਣ ਅਸੀਂ ਲੋਸਮੈਂਟ ਕਰਦੇ
ਵੀ ਲਿਆਓ ਜਿੰਨੀ ਮਰਜ਼ੀ ਚਾਹੇ ਕੰਨ 'ਚ ਵਾਲੀ ਪਾਈ ਹੈ, ਚਾਹੇ ਆਲੂ ਬਖਾਰੇ ਵਰਗੀ ਠੋਡੀ ਹੈ, ਅੰਮ੍ਰਿਤ ਛਕਿਆ ਚੇਨੀ ਸੀ, ਚਾਹੇ ਨੇਤਰ ਸਿੱਖਾ ਜਾਂ ਨਹੀਂ, ਅਸੀਂ ਕਹਿੰਦੇ ਲਈ ਆਓ। ਉਹ ਜਿਹੜੇ ਖਾਂਦੇ ਨਾ, ਬੁੱਧੀ ਭ੍ਰਿਸ਼ਟ ਹੋਈ ਪਈ ਉਹਨਾਂ ਦੀ, ਸੰਤਾਂ ਦੀ ਹੋਰ ਨਹੀਂ ਬੁੱਧੀ ਭ੍ਰਿਸ਼ਟ ਕਰ ਦਿੰਦੀ, ਮਾੜੀ ਮਾਇਆ ਮਾੜੇ ਪੈਸੇ। ਇਹ ਤਿਲਕਣਬਾਜ਼ੀ ਹੈ। ਉੱਥੇ ਸਾਧ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਅਸੀਂ ਤੇਰੇ 'ਤੇ ਖੁਸ਼ ਹਾਂ, ਤੂੰ ਸਿੱਖੀ ਧਾਰਨ ਕਰ ਲਈ ਹੈ ਅਤੇ ਮਾਇਆ ਇੱਥੇ ਸਫਲੀ ਕਰ ਲਈ ਹੈ, ਇਸ ਮਾਇਆ ਦੇ ਬਦਲੇ ਕੁਛ ਮੰਗ ਲਾ ਮੰਗ ਲਾ। ਉਹ ਕਹਿਣਗੇ ਜੀ ਸੇਠ ਹਾਂ ਮੈਂ, ਸਦਾ ਕਰਾਂ, ਮਾਇਆ ਬਹੁਤ, ਬੱਚੇ ਹੈ, ਘਰ ਬਾਰ, ਮੰਗਾ ਕੀ। ਗੁਰੂ ਜੀ ਕਹਿੰਦੇ ਇੱਕ ਦਿਨ ਮਰਨਾ ਹੈ, ਮਰਨਾ ਕੋਈ ਚੰਗੀ, ਵੇਖ ਗੁਰੂ ਸਾਡਾ ਕੀ ਹੋਇਆ। ਗੁਰੂ ਜੀ ਕਹਿੰਦੇ ਕੋਈ ਚੰਗੀ ਚੀਜ਼ ਮੰਗ ਲਾ। ਉਹਨੇ ਕਿਹਾ ਗੁਰੂ ਜੀ ਚੰਗੀ ਚੀਜ਼, ਜਦੋਂ ਗੁਰੂ ਜੀ ਨੇ ਕਿਹਾ ਮਰਨਾ ਇੱਕ ਦਿਨ, ਉਹਨੇ ਆਖਿਆ ਜੀ ਕਿਰਪਾ ਕਰਿਓ ਵੀ ਦਰਗਾਹ ਵਿੱਚ ਥਾਂ ਬਖਸ਼ਿਓ, ਥਾਂ ਬਖਸ਼ਿਓ। ਗੁਰੂ ਜੀ ਕਹਿੰਦੇ ਐਂ ਤੈਨੂੰ ਥਾਂ ਛੇਤੀ ਮਿਲਣਾ ਨਹੀਂ, ਤੁਹਾਡੇ ਕੰਮ ਆਉਣ ਵਾਲੇ ਬਚਣ। ਉਹਨੇ ਆਖਿਆ ਜੀ ਕਿਵੇਂ ਮਿਲੂ? ਉੱਥੇ ਗੁਰੂ ਜੀ ਕਹਿੰਦੇ ਭਾਈ ਗੁਰਦਾਸ ਕਾਗਜ਼ 'ਤੇ ਬਾਣੀ ਲਿਖ, ਸਾਨੂੰ ਬਾਣੀ ਆਈ ਹੈ। ਉੱਥੇ ਫਿਰ ਗੁਰੂ ਜੀ ਨੇ ਫਰਮਾਨ ਕੀਤਾ, ਗੁਰੂ ਜੀ ਕਹਿੰਦੇ ਅੰਤਰ ਗੁਰੂ ਅਰਾਧਣਾ, ਆਪਣੇ ਰਹਿ ਰਾਹ 'ਚ ਪਾਇਆ ਸੀ ਜੇ ਰੋਜ਼ ਪੜ੍ਹ ਬਣਿਆ। ਇਹ ਉਦੋਂ ਗਿਆ ਸੇਠ ਦੇ ਕੋਲ। ਗੁਰੂ ਜੀ ਕਹਿੰਦੇ ਜੇ ਦਰਗਾਹ 'ਚ ਥਾਂ ਲੈਣਾ ਨਾ, ਤੈਨੂੰ ਜਿਹੜਾ ਗੁਰੂ ਧਾਰਿਆ, ਜਿਹੜੀ ਸਾਨੂੰ ਧਾਰਿਆ, ਤੈਨੂੰ ਅੰਦਰੇ ਅੰਦਰ ਗੁਰੂ ਨੂੰ ਅਰਾਧਣਾ ਪਊਗਾ, ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਵਾਹਿਗੁਰੂ ਵਾਹਿਗੁਰੂ ਜਪਣਾ ਪਊਗਾ। ਇਹ ਤੁਹਾਨੂੰ ਵੀ ਜਪਣਾ ਪਊ ਸਰ, ਦੁਆਨ 'ਤੇ ਆਏ ਹਾਂ, ਤੇਲ ਮਚਾਇਆ, ਐਡੀ ਦੂਰੋਂ ਆਏ, ਕੁਛ ਲੈ ਕੇ ਜਾਓ, ਦੇ ਕੇ ਮੰਨ ਜਾਓ ਅਤੇ ਲੈ ਕੇ ਖੁਸ਼ੀਆਂ ਜਾਓ। ਅੰਤਰ ਗੁਰੂ ਅਰਾਧਣਾ ਜਿਹ ਬਹਿ ਜੀਵ ਨੂੰ ਆਖੀ। ਹਾਥੀ ਦੀ ਜੀਵ ਸਭ ਤੋਂ ਵੱਡੀ, ਹਾਥੀ ਦੀ ਜੀਵ ਜਿਹੜੀ 1.5 ਫੁੱਟ ਦੀ ਹੈ, ਸਭ ਤੋਂ ਜੀਵ ਛੋਟੀ ਕੀੜੀ ਦੀ ਹੈ, ਕੀੜੀ ਦੀ। ਹਾਥੀ 2 ਅੱਖਰ ਜੋੜ ਕੇ ਜਦੋਂ ਜੰਮ ਲੈਣ ਆਉਂਦੇ ਆ, ਉਦੋਂ ਵਾਹਿਗੁਰੂ ਨਹੀਂ ਕਹਿ ਸਕਦੇ, ਗੁਰੂ ਜੀ ਨੂੰ ਬਾਜ ਨਹੀਂ ਮਾਰ ਸਕਦੇ। 1.5 ਫੁੱਟ ਹੈ ਬੰਦਿਆ, ਤੇਰੀ ਜਿਹੜੀ ਜੀਵ ਹੈ ਇਹਦੇ 'ਤੇ ਲਿਖਿਆ ਹੋਇਆ ਹੈ ਵੀ ਇਸ ਜੀਵ ਦੇ ਨਾਲ ਗੁਰੂ ਨੂੰ ਬਾਜਿਆ ਮਾਰ ਸਕਦੇ। ਬਾਜਾ ਸਾਰੀ ਉਮਰ ਮਾਰੀ ਆ, ਅੰਤ ਮੌਕੇ ਗੁਰੂ ਤੇਰੇ ਕੋਲ ਪਹੁੰਚੇਗਾ। ਇਹ ਜੀਵ ਹੁਣ ਬਹੁਤ ਸੋਹਣੀ ਹੈ, ਉਹਨੂੰ ਗੁਰੂ ਜੀ ਕਹਿੰਦੇ ਜਿਹ ਬਹਿ ਉਪਦੇਸ਼ ਦਿੱਤਾ। ਹੁਣ ਅਸੀਂ ਤੁਹਾਨੂੰ ਉਪਦੇਸ਼ ਦਿੰਦੇ ਹਾਂ ਵੀ ਜੀਵ ਨਾ ਜਪਿਆ ਕਰੋ, ਜੀਵ ਨਾ। ਕਈ ਇਹ ਕਹਿੰਦੇ ਨੇ ਜਪਣੀ ਲੋੜ ਨਹੀਂ, ਕੋਈ ਸੁੱਤੇ ਪਏ ਦਾ ਵੀ ਚੱਲਦਾ, ਬਸ ਐਂ ਚੱਲੀ ਜਾਂਦਾ। ਬਾਬਾ ਜੀ ਦੇ ਦੀਵਾਨ ਸੀ ਬਾਬਾ ਜੀ ਸ਼ਸੋ ਮਹਾਰਾਜ, ਇੱਕ ਜਗ੍ਹਾ 'ਤੇ ਇੱਕ ਮਗਰ ਬੈਠਣ ਨੀਂਦ ਆ ਗਈ। ਬਾਬਾ ਜੀ ਕਹਿੰਦੇ ਘਰਾੜੇ ਕੌਣ ਮਾਰ ਰਿਹਾ, ਕੌਣ ਮਾਰ ਰਿਹਾ? ਅਤੇ ਉਹਦੇ ਨਾਲ ਸੀ ਇੱਕ ਚੇਲਾ, ਥੋੜ੍ਹਾ ਸੰਤ ਜਿਹਾ ਸੀ ਉਹ ਚੇਲਾ ਸੀ। ਬਾਬਾ ਜੀ ਕਹਿੰਦੇ ਘਰਾੜੇ ਕੌਣ ਮਾਰ ਰਿਹਾ? ਉਹ ਸੰਤ ਕਹਿੰਦੇ ਸੀ ਮੈਂ ਘਰਾੜੇ ਤਾਂ ਨਹੀਂ ਮਾਰਦਾ, ਮੇਰੇ 10ਵੇਂ ਦੁਆਰ ਦੇ ਤਖ਼ਤੇ ਖੜਕੜੇ ਆ, ਤਖ਼ਤੇ ਖੜਕਦੇ 10ਵੇਂ ਦੁਆਰ ਦੇ। ਬਾਬਾ ਜੀ ਕਹਿੰਦੇ ਇੱਥੇ ਹੀ ਤਖ਼ਤੇ ਖੜਕਣੇ ਆ 10ਵੇਂ ਦੁਆਰ ਦੇ। ਹਾਂ, ਇਹ ਜਿਹੜੀਆਂ ਗੱਲਾਂ ਨੇ, ਪੰਥ ਹੈ ਮਾੜੇ ਬਹੁਤ ਆ ਵਿੱਚ। ਇਹ ਕਹਿੰਦੇ ਜਪਣ ਦੀ ਲੋੜ ਨਹੀਂ, ਊਂ ਹੀ ਆਟੋਮੈਟਿਕ ਹੀ ਉਹਦਾ ਸਾਹ ਹੈ ਜਿਹੜੇ ਚੱਲਦੇ ਆ, ਇਹਨੂੰ ਆਖਿਆ। ਗੁਰੂ ਜੀ ਕਹਿੰਦੇ ਨਾਮ ਜਪਣ ਕੋ ਜਿਹਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲ ਕਜਾਵੇ, ਹੱਥ ਨਾ ਆਵੇ ਲੱਖੀ। ਇਹੀ ਲਾਹਾ ਜਿਹੜਾ ਸਵਾਸ ਆਪਾਂ ਨੂੰ ਆਈ ਜਾਂਦਾ। ਕਰਤਾਰਪੁਰ ਗੁਰੂ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਮਰਦਾਨਿਆ, ਬੰਦੇ ਦੀ ਉਮਰ ਕਿੰਨੀ ਕੁ ਹੈ? 17 ਲੱਗਿਆ ਸੀ ਰਹਿ ਰੱਖਦਾ। ਗੁਰੂ ਜੀ ਕਹਿੰਦੇ ਬੰਦੇ ਦੀ ਉਮਰ ਕਿੰਨੀ ਕੁ ਹੈ? ਮਰਦਾਨਿਆ ਨੇ ਆਖਿਆ ਜੀ ਅੱਜ 17 ਲਾਤਾ, ਕੱਲ੍ਹ ਨੂੰ ਲੱਗਣਾ ਖੋਰੀ ਨਹੀਂ ਲੱਗਣਾ। ਗੁਰੂ ਜੀ ਕਹਿੰਦੇ ਮਰਦਾਨਾ ਬਾਹਲੀ ਉਮਰ ਤੂੰ ਤਾਂ ਕਹਿਤੀ, ਇੰਨੀ ਨਹੀਂ ਹੈ। ਗੁਰੂ ਜੀ ਕਹਿੰਦੇ ਸਾਹ ਆਇਆ ਅਤੇ ਮਗਰਲਾ ਖਬਰਾਂ ਨਾ ਸਾਹ ਆਇਆ, ਇੰਨੀ ਉਮਰ ਹੀ ਹੈ ਬੰਦੇ ਦੀ।
ਇਹ ਬਾਬਾ ਜੀ ਦਾ ਵਚਨ ਹੈ ਮਰਦਾਨੇ ਦੇ ਨਾਲ। ਮਰਦਾਨਿਆਂ ਢਿੱਲ ਨਹੀਂ ਕਰਨੀ ਚਾਹੀਦੀ, ਇਸ ਸਵਾਸ ਤੋਂ ਕੰਮ ਲਵੋ, ਹੁਣ ਟਾਈਮ ਹੈ, ਮਸ਼ੀਨਰੀ ਲਾਹਾ ਲਓ। ਗੁਰੂ ਅਰਜਨ ਸਾਹਿਬ ਸੇਠ ਨੂੰ ਕਹਿੰਦੇ ਅੰਤਰ ਗੁਰੂ ਰਾਧਣਾ ਜੇ ਵਾ ਜਪ ਤਾਂ ਰੋਜ਼ ਪੜ੍ਹਦੇ ਰਹਿ ਰਾਜ, ਆਪਾਂ ਉਹ ਕਹਿੰਦੇ ਰਹਿ ਰਾਜ ਨਹੀਂ, ਹੌਲੀ ਕਰੋ, ਚਕਾ ਕੇ ਕਰੋ, ਐਂ ਕਰੋ ਜਿਵੇਂ ਗੁਰੂ ਸਾਹਿਬ ਨੇ ਗੱਲਾਂ ਕਰਦੇ ਸਿੱਧਾ ਵਚਨ, ਫਿਰ ਆਨੰਦ ਆਵੇਗਾ ਤੁਹਾਨੂੰ, ਫਿਰ ਤੁਹਾਡਾ ਫਲ ਹੈ ਫਲ। ਹੁਣ ਸਾਡੀ ਗਿਣਤੀ ਹੋ ਗਈ ਇੰਨੇ ਮੈਂ ਸੁਖਮਨੀ ਸਾਹਿਬ ਦੇ ਪਾਠ ਪੌਣੇ ਘੰਟੇ 'ਚ ਅੱਧੇ ਘੰਟੇ 'ਚ, ਉਹ ਗੱਲਾਂ ਨੂੰ ਮੰਨਦਾ ਨਹੀਂ ਇਹ ਗੱਲਾਂ ਨੂੰ। ਪਾਠ ਖੰਡ ਪਾਠ ਇੱਕ ਹੋ ਜਾਏ ਨਾ ਘਰੇ ਅਤੇ ਸਾਰੇ ਪਰਿਵਾਰ ਨੇ ਪਾਠ ਸੁਣਿਆ ਹੋਣਾ, ਪਾਠੀਆਂ ਨੂੰ ਪੂਰੇ ਪੈਸੇ ਦੇ ਕੇ ਅਤੇ ਬੋਲਿਆ ਜਾਵੇ ਉੱਚੀ 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 ਅਤੇ ਸਾਰਾ ਪਰਿਵਾਰ ਪਾਠ ਸੁਣੇ ਵਾਰੀ 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 ਵਾਰੀ, ਅਤੇ ਘਰੇ ਮੀਟ ਆਂਡਾ ਸ਼ਰਾਬ ਜਮ੍ਹਾਂ ਨਾ ਵੜੇ। ਢਾਈ ਸਾਲ ਉਹਨਾਂ ਦੇ ਘਰੇ ਭੂਤ ਪ੍ਰੇਤ ਨਹੀਂ ਵੜਦਾ, ਅਤੇ ਉਹਨਾਂ ਨੂੰ ਢਾਈ ਸਾਲ ਦੇ ਅੰਦਰ ਅੰਦਰ ਜਮ ਨਹੀਂ ਲੈਣ ਆਉਂਦੇ। ਢਾਈ ਸਾਲ ਇੱਕ ਖੰਡ ਪਾਠ ਕਰਨ ਦੇ ਨਾਲ ਨਾ ਪੂਰੀ ਮਰਿਆਦਾ ਨਾ ਟਕਸਾਲੀ ਮਹਾਂਪੁਰਖ ਹੋਣ, ਉਹਨਾਂ ਦਾ ਬੰਧਨ ਬੰਧਨ ਹੋ ਜਾਂਦਾ ਬੰਧਨ। ਇੱਧਰਲੇ ਇਲਾਕੇ ਦਾ ਗੁਰਮ ਪਿਆਰਾ ਇੱਕ ਸਾਡੇ ਕੋਲ ਜਾਂਦਾ ਸੀ ਜਾਂਦਾ, ਉਹਨਾਂ ਨੇ ਕਿਸੇ ਮਹਾਂਪੁਰਸ਼ਾਂ ਨੂੰ ਕਿਹਾ ਪਾਠੀ ਚਾਹੀਦੀ, ਉਹਨਾਂ ਨੇ ਕਹਿੰਦੇ ਅਸੀਂ ਫੋਨ ਕਰ ਦਿੰਦੇ ਹਾਂ ਪਾਠੀ ਲਿਆ ਜਥੇਦਾਰ ਨੂੰ ਕਿਹਾ ਵੀ ਪਹਿਲਾਂ ਇੱਦਾਂ ਪਾਠ ਰੱਖਣਾ ਵਾਹਵਾ ਟਾਈਮ ਦਾ ਜ਼ਿਕਰ। ਅਤੇ ਵੀ ਉਹ ਮੁੰਡਾ ਬਾਹਰੋਂ ਆਇਆ ਸੀ, ਉਹਨਾਂ ਨੇ ਪਾਠ ਕਰਾ ਲਿਆ, ਪਾਠੀ ਆ ਗਿਆ ਪਾਠੀ, ਪਾਠੀ ਕੋਈ ਬਾਲੇ ਵਧੀਆ ਵਾਲੀ ਗੱਲ ਨਹੀਂ ਸੀ। ਹਾਂ ਉਹ ਇੱਕ ਵਾਰੀ ਵੀ ਨਹਾਉਂਦੇ ਸੀ ਸੋਏ ਮੁੜ ਕੇ ਨਹੀਂ ਨਹਾਉਂਦੇ, ਅਤੇ ਸਾਸੂ ਪਾਠੀ ਆ ਗਏ। ਚਲੋ ਉਹਨਾਂ ਨੇ ਭੋਗ ਪੈ ਗਿਆ, ਪੈਸੇ ਦਿੱਤੇ ਪੈਸੇ ਦਿੱਤੇ, ਪਾਠੀਆਂ ਨੂੰ ਪੁੱਛਿਆ ਕਿੱਥੇ ਜਾਣਾ, ਪਾਠੀ ਕਹਿੰਦੇ ਵੀ ਅਸੀਂ ਮਲੇਰਕੋਟਲੇ ਜਾਣਾ, ਉਦੋਂ ਗਾਂ ਅੱਡੋ ਅੱਡੀ ਗੱਡੀ 'ਤੇ ਜਾਣਾ ਗੱਡੀ 'ਤੇ ਜਾਣਾ। ਉਹ ਮੁੰਡਾ ਕਹਿੰਦਾ ਮੈਂ ਉੱਥੋਂ ਲੈ ਕੇ ਆਉਣੀ ਸਬਜ਼ੀ ਅਤੇ ਮੈਂ ਹੀ ਤੁਹਾਨੂੰ ਬੁਆ ਲੈ ਲੂੰ, ਜਿਹਨੇ ਦੇ ਪਾਠ ਰੱਖੇ ਪਾਠ। ਅਤੇ ਉੱਥੇ ਫਾਟਕਾ ਇੱਧਰ ਇੱਧਰੋਂ ਜਾਂਦੇ ਨਾ ਫਾਟਕਾ, ਉਹਨੇ ਉਹ ਕਹਿੰਦੇ ਸਾਨੂੰ ਇੱਥੇ ਉਤਾਰ ਦਾ, ਉਹਨੇ ਉੱਥੇ ਤਾਰ 'ਤੇ ਉਹ ਜਦੋਂ ਤਾਰ 'ਤੇ ਅਤੇ ਉਹ ਸਾਧ ਸੰਗ ਚਲੇ ਗਏ ਪਹਿਲਾਂ ਸਬਜ਼ੀ ਲੈਣ, ਸਬਜ਼ੀ ਸਬਜ਼ੀ ਲਿਆ ਆ ਮੁੜਿਆ ਉਹਦੀ। ਇੱਕ ਬੰਦਾ ਪਾਠੀਆਂ ਦੇ ਵਿੱਚੋਂ ਠੇਕੇ 'ਤੇ ਖੜਾ ਸੀ ਠੇਕੇ 'ਤੇ, ਅਤੇ ਦੋ ਤਿੰਨ ਜਿਹੜੇ ਪਾਠੀ ਸੀ ਉਹ ਆਂਡਿਆਂ ਦੀ ਦੁਕਾਨ 'ਤੇ ਖੜੇ, ਆਂਡੇ ਖਾਈ ਜਾਂਦੇ ਸੀ ਆਂਡੇ। ਉਹ ਕਹਿੰਦਾ ਮੈਨੂੰ ਗੁੱਸਾ ਵਾਲਾ ਆਇਆ ਹੁਣ ਸੀ ਪਾਠੀ, ਕਹਿੰਦਾ ਮੇਰਾ ਲਾਲ ਜਿਹੜਾ ਹੋ ਗਿਆ, ਕਹਿੰਦਾ ਮੈਂ ਗੱਡੀ ਲਾ ਤੀ ਉਹਦੇ ਕੋਲ ਜਿਹੜਾ ਠੇਕੇ ਮੂੰਹ, ਕਹਿੰਦਾ ਮੈਂ ਕਿਹਾ ਕੀ ਕਰਦਾ। ਉਹ ਕਹਿੰਦਾ ਇਹਦੇ ਜਿੰਨੇ ਚਿਰ ਖੰਡ ਪਾਠ ਕਰਦੇ ਨਾ ਉਨੇ ਚਿਰ ਨਹੀਂ ਅਸੀਂ ਵਰਤਦੇ, ਵੀ ਤੂੰ ਵੇਖ ਕਿੰਨਾ ਸਾਡਾ ਜ਼ੋਰ ਲੱਗਦਾ ਹੈ, ਕਿੰਨਾ ਟਾਈਮ ਲੱਗਦਾ, ਕਿੰਨਾ ਪਾਠ ਕਰਦਾ, ਕਹਿੰਦਾ ਸਾਡਾ ਗਲਾ ਗੁਲਾ ਖਰਾਬ ਹੋ ਜਾਂਦਾ। ਉਦੋਂ ਸਫਾਈ ਹੋਈ ਹੈ ਗਲੇ ਦੀ, ਇਹਨੇ ਕਿਹੜਾ ਅੰਦਰ ਰਹਿਣੀ ਹੈ, ਗੱਲ ਨਾ ਕਰਦੇ ਪਾਠੀ। ਹੁਣ ਤੁਸੀਂ ਸੋਚੋ ਜੇ ਪਾਠ ਕਰਾਉਣਾ ਤਾਂ ਇਹੋ ਜਿਹਾ ਕਰਾਉਣਾ। ਉਹਨੇ ਆਪਦੇ ਬਾਪੂ ਨੂੰ ਦੱਸਿਆ, ਉਹਨਾਂ ਨੇ ਗਾਂਹ ਸੰਤਾਂ ਕੋਲ ਗਏ, ਕਹਿੰਦੇ ਜੀ ਆਹ ਗੱਲ ਹੈ। ਕਹਿੰਦੇ ਅੱਛਾ, ਸੰਤ ਗਾਲਾਂ ਦੇਣ ਲੱਗ ਗਿਆ ਫੋਨ 'ਤੇ ਉਹਨੂੰ, ਕਹਿੰਦੇ ਕੀ ਕਰਕੇ ਆ ਤੁਸੀਂ, ਮੈਂ ਬਣ ਜੋਗਾ ਨਹੀਂ ਰਿਹਾ ਉਹਨਾਂ ਦੇ ਘਰੇ, ਆਹ ਕੰਮ ਕਾਲਜੁਗ ਦਾ ਲੱਛਣ ਹੈ, ਗਿੱਧਾ ਪੈ ਰਿਹਾ, ਜੇ ਪਾਠ ਕਰਾਉਣਾ ਤਾਂ ਟਕਸਾਲ ਤੋਂ ਕਰਾਉਣਾ। ਟਕਸਾਲ ਦਾ ਅਰਥ ਕੀ ਹੁੰਦਾ, ਜਿੱਥੇ ਟਿਕੇ ਵੇ ਮਹਾਂਪੁਰਖ ਹੋਣ, ਟਿਕ ਸਾਲ। ਗੁਰੂ ਸਾਹਿਬ ਨੇ ਕਿਹਾ ਘੜੀਆ ਸ਼ਬਦ, ਜਿੱਥੇ ਸ਼ਬਦ ਦਾ ਅਭਿਆਸ ਹੁੰਦਾ, ਜਿੱਥੇ ਪਾਠੀ ਪਾਠ ਕਰਦੇ ਆਪਦੇ ਆਪ ਅਭਿਆਸ ਕਰਦੇ ਆ, ਜਿੱਥੇ ਐਂ ਦਰਬਾਰਾ ਇੱਥੇ ਲਿਕਰਾ ਦਿਓ ਚਲੋ। ਪਰ ਇੱਥੇ ਪਾਠ ਰੱਖਣ ਵਾਲੇ ਦਿਨ ਬੈਠੋ ਆਣ ਕੇ, ਵੀ ਤੁਸੀਂ ਕੋਲੇ ਖੜੇ ਹੋਵੋ ਗੁਰੂ ਨਾਨਕ ਦੇ ਕੋਲੇ ਅਰਦਾਸ ਹੋਵੋ, ਮੱਧ ਵਾਲੇ ਦਿਨ ਕੋਲੇ ਖੜੇ ਹੋਵੋ, ਭੋਗ 'ਤੇ ਟਿਕਾ ਕੇ ਟਾਈਮ ਕੱਢ ਕੇ ਬੈਠੇ ਹੋਵੋ, ਫਿਰ ਤੁਹਾਨੂੰ ਹੁਕਮਨਾਮਾ ਮਿਲੇ। ਜਦੋਂ ਪੈਸੇ ਫੜਾਤੇ ਤੁਸੀਂ ਕਿਤੇ ਫਿਰਦੇ ਹੈ, ਅਤੇ ਪਾਠ ਦਾ ਭੋਗ ਪੈ ਗਿਆ, ਹੁਕਮਨਾਮਾ ਜੀ ਆਹ ਲੈ ਜੀ ਹੁਕਮਨਾਮਾ, ਭੋਗ ਪੈ ਗਿਆ ਤੁਹਾਡਾ, ਭੋਗ ਪੈ ਗਿਆ,
कि बाबा नानक वेला तेन टाइम नहीं। अच्छा जो भोग पिया बाबा नानक तेरे घर आऊगा तेरे मगर फिरूगा। ये साड़िया गल् कच्चिया अणहोईया गल् है। गुरु जी कहते अंतर गुरु राधना जिह बह जप गुरु नाऊ नेत्री इं लिखिया हो सीधी गल तुम समझ आई अखा है ना तोड़िया। गुरु जी कहते नेत्री सतगुर सेठ ना गल करते उन्हें आख्या जी मुक्ति दो। गुरु जी कहते माया ना मुक्ति नहीं मिलनी तेन। गुरु जी कहते नेत्री सतगुर पेखना भी अमृत वेले उठ के ध्यान धरना गुरु नानक का। सरबणी कन्ना आख्या सरबणी सुनना जिहड़ा जपना ना असी असी वो आप ही सुनना। आ नहीं लाउणी भी पिक्चर जां रील ला दीए जां भी नहीं जपना जिहड़ा जपना वह वेखना मैं सुनना तो मैं ही जपना। इउं आख्या नेत्री सतगुर वेखना सरबणी सुनना गरना इदूगा। गुरु अर्जन साहब जी कहते सतगुर सेती रत्या बहुत वधिया वचन है। गुरु जी की रसना दे वचन है जीवना घस के वचन निरंकार दे वचन। इउं आख्या नेत्री सतगुर वेखना सरबणी सुनना गरना सतगुर सेती इत्थे इन्ना टाइम लगेगा। सतगुर सेती रत्या दरगाह पाई है ठाओ दरगाह जी ता ही थाम मिलना फिर दरगाह पाई है। गुरु जी सेठ ना वचन करते हैं वो फिर अपने ना हुण वचन हो रहे गुरु महाराज जी करते हैं तुहाडे दे नाल गुरु साहब फरमाउंदे बाणी द्वारा ता ही आ गया बाणी गुरु गुरु है बाणी इहनू ता ही आ गया ना बाणी गुरु 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 है बाणी विच बाणी अमृत सारे गुरबाणी कहे। हुण गुरु साहब बोल रहे मैं तो नहीं बोल रहा गुरबाणी कहे सेवक तुसी सेवक है वो सेठ सेवक बन गया। सेवक जन मन है परदख गुरु निसतारे। गुरु जी कहते दरगाह पाई बैठाओ हुण अरदास करके जायो केड़ी कहो नानक कृपा कर गुरु नानक कृपा जिसनू ए वथ दे जग मैं उत्तम कढ के विरले कई क्यों बिरले है तेरे नाम दे खरीदन वाले। ये नाम का घर है जिथे तुसी आए हैं इत्थे सियासत की गल नहीं है इत्थे दिल्ली सरकार की गल नहीं है इत्थे गुरु ग्रंथ साहब बैठे प्रगट गुरु की दे इत्थे प्योर गुरु नानक की गल है। इत्थे माया की कोई गल नहीं है सियासत कोई वोटा छोटा इन्ना कोई नहीं गल है। इस करके साध संगत मसा समा मिले अपन घर घर कितने आए बैठ के गुरु ग्रंथ साहब को इन्ना चर सुस बतीत होंगे अपने सुस ये जो शरीर बनया अणमुला शरीर है धरती से कोई डॉक्टर नहीं है भी ये कोई जोत पा दे जोत कढ दे ते कहे कोई जी घबराओ ना भी जोत निकल गई है मेरे को ड्रम च बंद पई है मैं वह पा दिना कोई है नहीं है कोई नहीं है। 7 करोड़ रोज विच जान पाउंदा हो बंदियां विच 7 करोड़ विच रोज जान पाउंदा है एक एक सुआस जानी एक सुआस लंघ गया 7 करोड़ विच जान पा दूंगा। देखो इन्नी दुनिया च जान पाउंदा उहनूं दाता आख्या 7 करोड़ विच जान पाउंदा है ते 5 करोड़ विचों जान कढ़दा है धर्मराज जानी लेखा हुंदा ते लैण लगी 5 करोड़ दी धर्मराज दे कोल उहनां दा हुंदा लेखा। इस करके साध संगत 7 करोड़ विच उह जान पा के ते फिर 9 महीने 10 महीनों में जन्म हुंदा उदो जन्म हुंदा है ते 5.5 साल 6 महीने का बच्चा पेट च पलदा है अंग बन जाते दिल बन जाता है वो फिर अपनी जोत रखता इस दिल दे पहला माता की अग्नि के नाले चलता पलदा तो फिर जो जोत रखता तुहाडे अपने सारे ते जोत दे नाल फिर दिल चलन लग जाता उदू बाद 3.5 महीनों बाद फिर पैदा होता
जे वह जोत ना रखे तो फिर कौन है? फिर शरीर पैदा हो जाए फिर मिट्टी है जोत तो बिना। उन्हूं आके अविनाशी जीवन को दाता, अविनाशी परमेश्वर कार पुरख, वह एडा वड्डा दाता है, अपने भी जान पाउण वाला दाता है। जान कोई पा रही हूँ आप जितों कोई मूड़ियाँ मिल गई, कोई आलू वंडी जाती है, कोई भांडे वंडी जाते, आप कहने बड़ा दाता दाता ते सास। इस करके वो अविनाशी जीवन को दाता सिमरत वो सिमरन करना सी, आप सब मालक होई फिर साड़ी मैल लैनी सी सारे। इस करके जो भी पाठ करना रह रसदा करना उदो इउं पढ़ो। वेखो गुरु अर्जन साहब जी ने श्री अमृतसर का वचन है, उसनू आख्या तेरी माया ता मंजूर करांगे, तू आख्या भी दरगाह विच थां दिओ, माया ना थां नहीं मिलना, तू गुरु धारण कर ते गुरु का नाम जप, ये जी माया तू बेनती कर, मैं तुहाडे घर दा हैगा सिख सेवक, ते माया सफली कर लो, ते मेरे हत्थां दी जिहड़ी किरत है कृपा करो सफली कर। तो गुरु नानक साहब पातशाह 20 रुपये मिले पातशाह 16 साल उम्र कितने किन्नी क 15 साल की सोच गुरु महाराज ने उन्होंने पूछा संतान भी तुहाडे प्रसादे पानी का प्रबंध, वो कहते अकाल पुरख नूं सिखो, उहदा असीं नाम जपदे हाँ। इउं आखिया बाबा जी कहते भाई वालिया अकाल पुरख तां फिर मैं ही हाँ, नानक निरंकार तो मैं हाँ। आपां नूं फिक्र चाहिए, फिक्र चाहिए। बाबा जी ने एक इम्तिहान किया उन्होंने संतां दा कि बाबा जी 20 रुपये रख दे, वह कहते असं इतों उठना नहीं, असं सिमरन छड़ना नहीं, असं नहीं जाना, असं नहीं जाना है। तो हुण असं भाल नहीं पे से होर को भाल नहीं, मैं लिया दुकान तो मेरे को उत्ते भाई बाले ने गुरु साहब कहते चल भाई बालिया आप शहर चलीए, उस शहर तो फिर मठियाई बना के लियाए, पूरियां बना के लियाए, या होर चलो सिक्ख्या करने वाली चीज वरता के लियाए। तो फिर गुरु साहब भाई बाले ने फड़िया, बाबा जी ने उन्होंने वरताया, वरताया 20 रुपये के 20 ही वरता वरताते। वास्ते दस्या भी जे माया सफरी करनी है, जेडे बैठे न भगती करते हैं घड़िया शब्द सची टकसाल, जिनको नजर करम तनकार नानक नजरी, नजर निहाल नाम ते निहाल। इस करके साध संगत उन्ना परथाए गुरु महाराज जी मोर लाउंदे आ। ते जदों घर आए भाई बाले ने आख्या गुरु गुरु जी पिता जी का सुभा संगत है हुण फिर किवें होऊ? गुरु जी कहते भाई बाजा तू घर चलिया जा, ते जिमें हो उमें मेरे ना हो। ते पैता भाई बापू जी दे रसना दे फुल चढ़ाते हैं, उन्हें आख्या जी खरा सौदा सच्चा सौदा। 16 साल की उम्र सोचा कि भी इदू खरा सौदा नहीं है, इदू वधिया सौदा नहीं, जिहड़ा इत्थे दुआन लगते है कई सेवा देंदे है माया, जिमें महापुरश आए आ उन्होंने तेल की सेवा देती है, चलो आए कीर्तन करके वधिया, चलो उन्होंने सेवा बंडी गई, वो सेवा थोड़ी सफरी हुई संतान दिती गई ना, तो साल उन्होंने तेल पवा लिया, या माइया बीबिया घर सब्जी लेके प्रशादा बना के लेके आते सफले हो गए, सेवा हो गई। हुण मस्या नूं 50,000 का कट हो जाता अपने, वो तो साढ़े को तवी है जी, चोरी है जी, चकला वेल नहीं है जी, उत्थे उत्थे कीदा प्रताप है? माता जी 33 साल प्रशादा ले गए, तुर के ले गए, 12-13 माइया होंदिया सी, फिर आण के घर का सारा काम करना, वो माइया बैठिया तुहाडे वास्ते वचन कर रहे, इहनां कोई बड़ियाई नहीं कर रहे, मेरी माता ना तुहाडे वास्ते उद्यम करो। हुण सानूं समा मिलिया होया है, समा मिलिया है, कर्मां दे नाल समा मिलदा है,
ਇਸ ਕਰਕੇ ਸਾਧ ਸੰਗਤ ਉੱਤੇ ਜਦੋਂ ਬਾਬਾ ਜੀ ਕਿਰਪਾ ਵੇਖੋ ਹੋਈ ਇੰਨਾ ਪ੍ਰਸ਼ਾਦਾ ਵੱਧ ਗਿਆ, ਇੰਨਾ ਵਿਆਜ ਵੱਧ ਗਿਆ ਬਾਬਾ ਨਾਮ ਸਿੰਘ ਤੋਂ ਲਾ ਕੇ 1942 ਤੋਂ ਲਾ ਕੇ ਪ੍ਰਸ਼ਾਦਾ, ਫਿਰ ਪੱਕਾ ਹੀ ਜਾਂਦਾ ਸੀਗਾ ਬਾਬਾ ਜੀ ਦੇ ਚਰਨ 33 ਸਾਲ ਪ੍ਰਸ਼ਾਦਾ। ਇਹ ਹੈ ਜਿਹੜੀ ਸੇਵਾ, ਚਲ ਦਸਵੰਧ ਦੀ ਸੇਵਾ ਹੋਈ, ਤੁਹਾਡਾ ਜਲ ਪਾਣੀ ਹੋਇਆ, ਤਨ ਦੀ ਮਨ ਦੀ ਧਨ ਦੀ ਸੇਵਾ ਕੀ ਗੁਰੂ ਨਾਨਕ ਦੀ ਕਰਦੀ। ਗੁਰੂ ਨਾਨਕ ਤਾਂ ਮੰਗਤਾ ਨਹੀਂ, ਗੁਰੂ ਨਾਨਕ ਨੇ ਮਨ ਵੇਚਿਆ ਹੈ ਸਤਿਗੁਰ ਕੇ ਪਾਸ, ਤੂੰ ਬਣ ਜਾ ਸੇਵਕ। ਉਹ ਸੇਵਕ ਬਣ ਗਿਆ, ਗੁਰੂ ਅਰਜਨ ਸਾਹਿਬ ਕਹਿੰਦੇ ਚੰਗਾ ਤੂੰ ਰੋਜ਼ ਐਂ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ। ਗੁਰੂ ਜੀ ਕਹਿੰਦੇ ਦਰਗਾਹ ਵਿੱਚ ਤੈਨੂੰ ਥਾਂ ਮਿਲੂਗਾ। ਉਹ ਵਰ ਦਿੱਤਾ ਗੁਰੂ ਮਹਾਰਾਜ ਨੇ ਵੀ ਤੈਨੂੰ ਦਰਗਾਹ ਦੇ ਵਿੱਚ ਥਾਂ ਦੇਵਾਂਗੇ। ਗੁਰੂ ਜੀ ਕਹਿੰਦੇ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈ ਹੈ, ਦਰਗਾਹ ਪਾਈ ਹੈ, ਦਰਗਾਹ 'ਚ ਮਿਲਦਾ ਥਾਂ ਜਿਹੜੇ ਤੇਰੇ ਰੱਤੇ ਨਾਮ ਦੇ। ਹੁਣ ਅਸੀਂ ਤਾਂ ਖੇਡਦੇ ਹਾਂ ਜਾਂ ਸੱਸ ਭੁੱਖੀ ਹੋ ਬੁਰਾ ਹਾਲ, ਅਤੇ ਮੁੜ ਕੇ ਕਾਰਡ 'ਤੇ ਲਿਖੀ ਦੇਣਾ ਬਾਪੂ ਜੀ ਸੁਰਗਵਾਸ ਹੋ ਗਏ। ਸੁਰਗਵਾਸ ਇਹ ਕੋਈ ਪਤਾ ਨਹੀਂ ਵੀ ਤਾਸਵਾਸ ਹੈ ਕਿ ਸੁਰਗਵਾਸ ਹੈ ਕਿ ਚੂਹਾ ਵਾਸ ਹੈ ਕਿ ਢੱਠਾ ਵਾਸ ਹੈ ਕਿ ਕੁੱਤਾ ਵਾਸ ਹੈ, ਇਹ ਕੀ ਪਤਾ ਵੀ ਕਿੱਥੇ ਵਾਸਾ ਹੋਵੇ। ਕਾਰਡ 'ਤੇ ਲਿਖਣਾ ਤਾਂ ਪੈਣਾ, ਲੋਕ ਲੱਜਿਆ ਰੱਖਣੀ ਪੈਣੀ ਹੈ ਵੀ ਬਾਪੂ ਜੀ ਸੁਰਗ 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 ਹੀ ਵੀ ਇੱਥੇ ਚੱਕ ਲਓ ਨਵਾ ਲਓ, ਇਹਨੂੰ ਨਵਾ ਕੇ ਤਾਂ ਕਿੱਕਰ ਦੀਆਂ ਲੱਕੜੀਆਂ ਫੂਕਦੇ ਬਾਪੂ ਸੁਰਗਵਾਸ। ਇਹ ਪਹਿਲਾਂ ਸੁਰਗਵਾਸ ਵਾਲਾ ਕੰਮ ਹੀ ਕੋਈ ਨਹੀਂ ਕੀਤਾ ਕੀਤਾ ਅਸੀਂ ਭਾਈ ਇੱਕ ਹਿੰਮਤ ਸਿੰਘ ਸੀਗਾ ਮੱਲੇ ਦਾ ਪਾਠੀ, ਸਾਡੇ ਵੀ ਆਉਂਦਾ ਰਿਹਾ ਉਹ, ਅਤੇ ਉਹ ਅਨੰਦਸਰ ਬਾਰਾਂਦਰੀ 'ਚ ਰੌਲ ਆਉਂਦਾ ਸੀ, ਪਾਠ ਰੱਖੇ ਸੀ ਬਾਬਾ ਨਾਨਕ ਸਿੰਘ ਦੀ ਵਰਤੀ ਦੀ। ਉਹ ਸਵੇਰੇ ਹੋ ਗਿਆ ਪਾਠ 'ਤੇ, ਸਵੇਰੇ ਪਾਠ 'ਤੇ ਬੈਠਾ ਸੀ ਭਾਈ ਹਿੰਮਤ ਸਿੰਘ, ਅਤੇ ਬੈਠਾ ਉਹਦੀ ਸਮਾਧੀ ਲੱਗ ਗਈ, ਪਾਠ ਕਰਦਾ ਰਿਹਾ ਪਾਠ ਕਰਦਾ ਰਿਹਾ, ਅਤੇ ਪਾਠੀ ਦੋ ਦੋ ਘੰਟੇ ਬਾਅਦ ਬਦਲਦੇ ਰਹੇ, ਨਾ ਹੀ ਉਹ ਉੱਠਿਆ ਅਤੇ ਨਾ ਹੀ ਕੋਈ ਫੁਰਨਾ ਬਣਿਆ। ਸੁਬਾਹ ਬਾਬਾ ਈਸ਼ਾ ਤੋਂ ਆਏ ਸੀ ਉੱਥੇ ਵੱਡੇ ਬਾਬਿਆਂ ਦੇ ਆਸਣ ਕੋਲ, ਕਿਉੜਾ ਛਿੜਕ ਕੇ ਚਲੇ ਗਏ, ਉਹ ਬੈਠਾ ਸੀ। ਸ਼ਾਮ ਨੂੰ ਬਾਬਾ ਜੀ 4-5 ਵਜੇ ਫਿਰ ਆਏ, ਜੇ ਚਾਰ ਬਾਬਾ ਜੀ ਕਹਿੰਦੇ ਪਾਠੀ ਪੁੱਛੋ ਇੱਥੇ ਹੀ ਬੈਠਾ ਜਾਂ ਬਦਲਿਆ, ਜੇ ਪਤਾ ਸੀ ਬਾਬਾ ਜੀ। ਹਾਂ ਉੱਥੇ ਸੱਸ ਭਾਈ ਦਾਨਸੋ ਸੀ ਜਥੇਦਾਰ, ਉਹਨੇ ਉਹਨੂੰ ਛੱਡਿਆ, ਜਦੋਂ ਛੱਡਿਆ ਤਾਂ ਉਹਨੂੰ ਪਾਠੀ ਨੂੰ ਉਹਨੂੰ ਪੁੱਛਿਆ ਤੂੰ, ਉਹ ਕਹਿੰਦਾ ਮੈਨੂੰ ਕੋਈ ਪਤਾ ਨਹੀਂ, ਮੈਂ ਤਾਂ ਬਾਬਿਆਂ ਦੇ ਪਿਆਰ ਵਿੱਚ ਬੈਠਾ। ਅਤੇ ਫਿਰ ਪੁੱਛਿਆ ਜਥੇਦਾਰ ਨੂੰ ਕਿੰਨਾ ਚਿਰ ਹੋ ਗਿਆ, ਕਹਿੰਦੇ ਜੀ 12 ਘੰਟੇ ਹੋ ਗਏ ਬੈਠੇ, 12 ਘੰਟੇ। ਅਤੇ ਸਾਧ ਸੰਗਤ 12 ਘੰਟੇ ਹੋ ਗਏ ਬੈਠੇ ਨੂੰ, ਸਾਰੇ ਕਹਿੰਦੇ ਬੱਲੇ 12 ਘੰਟੇ ਦਾ ਬੈਠਾ ਬਾਰਾਂਦਰ 'ਚ ਨਾਨਕ ਰੌਲ 'ਤੇ। ਉਹ ਕਹਿੰਦਾ ਬਾਬਾ ਈਸ਼ਾ ਸਿੰਘ ਜੀ ਇੱਕ ਮਿਹਰ ਕਰ ਦਿਓ। ਬਾਬਾ ਜੀ ਕਹਿੰਦੇ ਕੀ? ਕਹਿੰਦੇ ਤੁਹਾਡੀ 13 ਦੀ ਗਿਣਤੀ ਹੈ ਬਾਬੇ ਨਾਨਕ ਦੀ, 1 ਘੰਟਾ ਹੋਰ ਦੇ ਦਿਓ, ਕਿਤੇ ਹੋਮਾ ਨਾ ਪੈ ਜੇ 12 ਘੰਟੇ, 1 ਘੰਟਾ ਹੋਰ ਵਜੇ। ਬਾਬਾ ਜੀ ਨੇ ਥਾਪੀ ਦਿੱਤੀ ਅਤੇ ਬਾਬਾ ਜੀ ਕਹਿੰਦੇ ਤੂੰ ਨਾ ਜਿਉਂਦਾ ਜੀਵਨ ਦੀ ਬਾਜੀ ਜਿੱਤ ਗਿਆ। ਬਾਬਾ ਜੀ ਕਹਿੰਦੇ ਮਗਰੋਂ ਘਰਦਿਆਂ ਨੂੰ ਕਹਿੰਦੀ ਕੋਈ ਪਾਠ ਕਰਾਇਓ ਚਾਹੇ ਨਾ ਕਰਾਇਓ, ਬਾਬਾ ਜੀ ਕਹਿੰਦੇ ਜਿੱਦੇ ਜਾਨ ਨਿਕਲੀ ਨਾ ਉਦੇ ਤੂੰ ਦਰਗਾਹ ਨੂੰ ਜਾਵੇਂਗਾ। ਹੁਣ ਤੁਸੀਂ ਹਿਸਾਬ ਲਾ ਲਓ, ਹੁਣ ਫਰਕ ਬਹੁਤ ਹੈ। ਹੁਣ ਸਮਾਂ ਰਾਤ ਵੀ ਜ਼ਿਆਦਾ ਫਿਰ ਐਂ ਲੱਗ ਜਾਂਦਾ ਤੁਹਾਨੂੰ ਸਮਝਾਉਣ ਵਾਸਤੇ, ਆਪਣੇ ਤਾਂ ਮਿਹਰ ਹੈ ਇੱਥੇ ਸੱਚਖੰਡ 'ਚ ਪਾਠਾਂ ਦੀ, ਨਹੀਂ ਪਾਠੀ ਜਦੋਂ 1 ਘੰਟਾ ਹੋ ਜਾਂਦਾ ਨਾ ਉਦੋਂ ਘੜੀ ਜ਼ਰੂਰ ਵੇਖੂ ਪਾਠੀ, ਪਾਠੀ ਕਹੂ ਬਸ 1 ਘੰਟਾ ਰਹਿ ਗਿਆ, ਆਏ ਰੋਜੇ ਨਾਂਘੇ ਰਹਿ ਗਏ 9 ਤੇ 20 ਹਾਂ ਹਜੇ 1 ਰੋਜ਼ਾ 1 ਲੰਘਿਆ, 1 ਘੰਟਾ ਹੋਇਆ, ਅਤੇ ਸਾਧ ਸੰਗਤ ਜੇ 1.5 ਘੰਟਾ ਹੋ ਜਾਊ ਫਿਰ ਹਿਲ ਚੁਲ ਕਰੂ, ਐਂ ਕਰੂ ਵੇਖੂਗਾ, ਹਾਂ ਵੇਖੋ ਰੂਤਾ ਫਸਿਆ ਬੈਠਾ। ਦੇਖੋ ਜਦੋਂ ਪੂਰਾ ਟਾਈਮ ਹੋ ਜੂ ਨਾ ਫਿਰ ਖੰਘੂ ਜੂ, ਖੰਘ ਤੋਂ ਮੇਰੇ ਗੁਰੂ ਸਾਹਿਬ ਤਾਪ ਪਿਆ ਬੈਠਾ ਖੰਘੂ, ਫਿਰ ਵੇਖੂ। ਅਤੇ ਜੇ ਕਿਤੇ ਦੂਜਾ ਪਾਠੀ 5 ਮਿੰਟ ਲੇਟ ਹੋ ਜੇ ਫਿਰ ਜਿਹੜਾ 2 ਘੰਟੇ ਦਾ ਪਾਠ ਆ ਉਹ ਵਿੱਚੋਂ ਨਿਕਲ ਜਾਂਦਾ, ਪਾਰਾ ਚੜ੍ਹ ਜਾਂਦਾ ਉਹਦਾ,
एक सौ दो दिन चले ही जी ना सोई पार्टी की ताब्या बैठे दी जिन्होंने संगत नहीं मिली आ बचन नहीं सुने उन्होंने गल कर रहे तो मैं सूई चढ़ जाऊ जे पांच मिनट हो गए या दस मिनट वध हो गए फिर वो पाठी तू छड़ दूं उठन सार कोई पंगती नहीं बोलू उन्हें कुवन्या होया किधर मर गया सी दो घंटे का श्लोक गुरु साहब की बाणी का अन्ना होया किधर मर गया सी ताबे तो बैठ लुआ को नहीं मैं बंदा मगर भी कह दे यही बोलू आ साडा काम है एक कीदा काम है एक कलयुग के लक्षण हैं जे इन्हां लक्षणों तो बचना है हुण बचे ही बैठे इत्थे आए बैठे तुसीं बड़े भागां वाले गुरु साहब बैठे सच्चे पातशाह जी कोई पिछला बीज बीजे अपना हरा हो गया ऐसे गुरु महाराज के बचन इतिहासक बचन गुरबाणी के बचन जिहड़े तुहाडे काम आउण वाले है हुण जदों कल नूं रह रस कीता जिहड़े करदे आ गुरसिख करिआ करो सारे करिआ करो रह रस कीता जदों तुसीं पाठ करन लगे अंतर गुरु राधना उदों ब्रेक लग जाएंगे हौली हौली करोंगे भी कल बाबा जी ने यह ऐ साखी सुनाई सी इतिहास का वचन करिया सी थोनू ऐ लगूगा भी जिहड़ा रह रस मैं पढ़ता सी वह होर सी ये होर ही है रह रस ऐ लगूगा साह संगत अमरदास पातशाह जी वो ढाई घंटे च कजावी साहब पाठ कर ढाई घंटे सुरती जुड़ जाती सुरती बार न जावा एक बार ऐ पाठ कर जोत भाव ऐ सुस लगा जोत भाव साई भली कार तू 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 सदा सलामत निरंकार कई मुके तू तू दस मेरी कह जाती अमरदास पाए गागर लैन गए पांच को उधर पांच को उधर पानी की गागर गुरु अंगद साहब वास्ते उदों वेखो किन्नी वस्ता उच्ची बन गई किन्नी माघ का महीना सी अमरदास पातशाह पानी ले आउंदे रात नूं आउंदे सी बारह बजे सवा बारह स्नान होंदा सी पहला आउंदे सी हवा ठंडी वगदी सी माघ का महीना सी ते रस्ते तो धुंद बहुत सी उत्थे जलाहे की खड्डी गड्डी भी सी खड्डी का किला उहदे च ठेडा वज्जिया जदों ठेडा वज्जिया अमरदास पातशाह ने पानी का बुच अस्सी सेर पानी सी ते एक मोढे ते गागर सी एक सिर ते उहदी उम्र किन्नी सी बहत्तर साल देखो ते साहसद उत्थे फिर पानी बुच लिया ते गागर थले वज्जी कड़का होया जलाहा उठिया जलाहे ने आखिया जलाइए उठ के वेख चोर तो नहीं आ गए उन्हें जलाही नहीं वेख्या उठ के वो कहनी चोर कानू आया अमरू नथावा कुड़मा के घर पानी ढोंदा फिरदा नहीं टिकदा दी रात इउं सहसवाए अमरदास बोले सिख उदो सिख सी उदो कहिंदा कमलीए मैं नथावा किवें होया बारह साल हो गए है आए नू मेरी अरदास कीती हुई है मैं इत्थे मेरा सेवा मचूगा उत्थे सेवा मचा आखा मैं अरदास कीती मैं नथावा किवें मैं थां वाला बने बैठे उसे मूह निकलिया कमल गए मैं नथावा इन्ना ही किया पता नहीं की हो गया कमली हो गई बाल खोले सिर कमाउण लग गई जिला ने अंदर मसा रखी दिन चढ़िया दवान सजे सच्चे पातशाह गुरु अंगद साहब आसन ते आ गए जिलाहे फड़ के जिलाही नूं लेके आई उन्होंने कहा गुरु जी भुल हो गई ते मैं करूँ वो चीका मारे गुरु महाराज जी कहिंदे असी कोई बैर